ਲੜੀਬਾਰ ਕਥਾ ਆਪ ਜੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰਵਣ ਕਰ ਰਹੇ ਹਾਂ ਕੁਝ ਸਿੱਖ ਗੁਰੂ ਜੀ ਦੇ ਕੋਲ ਅੰਮ੍ਰਿਤਸਰ ਆਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਉਹਨਾਂ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰੋ ਅਸੀਂ ਆਪਣੇ ਮਨ ਦੀ ਗੱਲ ਕਰਨੀ ਚਾਹੁੰਦੇ ਹਾਂ ਸੱਚੇ ਪਾਤਸ਼ਾਹ ਕਹਿੰਦੇ ਦੱਸੋ ਤੇ ਗੁਰੂ ਕੇ ਸਿੱਖ ਕਹਿਣ ਲੱਗੇ ਮਹਾਰਾਜ ਜਦੋਂ ਭਾਈ ਨਿਵਲਾ ਜੀ ਤੇ ਭਾਈ ਨਿਹਾਲੂ ਜੀ ਕਥਾ ਕਰਦੇ ਨੇ ਕਥਾ ਸੁਣਨ ਵਿੱਚ ਸਾਡਾ ਮਨ ਜੁੜਦਾ ਹੈ ਬਾਕੀ ਬਹੁਤ ਸਾਰੇ ਗਿਆਨੀ ਲੋਕ ਕਥਾ ਕਰਦੇ ਹਨ ਪਰ ਉਹਨਾਂ ਦੀ ਕਥਾ ਵਿੱਚ ਮਨ ਨਹੀਂ ਜੁੜਦਾ ਮਹਾਰਾਜੀ ਇਹਦਾ ਕੀ ਕਾਰਨ ਹੈ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਪਿਆਰਿਓ ਜਿਨੇ ਬਾਣੀ ਦਾ ਬਹੁਤ ਅਭਿਆਸ ਕੀਤਾ ਭਜਨ ਵਿੱਚ ਮਨ ਜੋੜਿਆ ਆਪਣੇ ਜੀਵਨ ਦੀ ਕਮਾਈ ਕੀਤੀ ਹੈ ਜਦੋਂ ਉਹ ਪੁਰਸ਼ ਬੋਲਦੇ ਹੈ ਫਿਰ ਮਨ ਟਿਕਾਉ ਵਿੱਚ ਆਉਂਦਾ ਹੈ ਜੀ ਜਿਹੜਾ ਲੋਭੀ ਬੰਦਾ ਨਾ ਦੀ ਲੋਭੀ ਇਹਰਾ ਮਨ ਨਹੀਂ ਟਿਕ ਸਕਦਾ ਜੀ ਲੋਭੀ ਬੰਦੇ ਦਾ ਮਨ ਨਹੀਂ ਟਿਕ ਸਕਦਾ ਲੋਭੀ ਬੰਦਾ ਗੁਟਕਾ ਸਹੇਬ ਫੜ ਕੇ ਬਾਣੀ ਪੜਨ ਦਾ ਯਤਨ ਕਰੇ ਤ੍ਰਿਸ਼ਨਾਲੂ ਬੰਦਾ ਲੋਭੀ ਬੰਦਾ ਉਹਦਾ ਮਨ ਨਹੀਂ ਟਿਕੇਗਾ ਜੀ ਤੁਸੀਂ ਵੇਖ ਲਿਓ ਬਾਦ ਸਿੰਘਾਂ ਨੂੰ ਬੇਨਤੀ ਵੀ ਹੌਲੀ-ਹੌਲੀ ਬੋਲੋ ਉੱਚੀ ਨਹੀਂ ਬੋਲਣਾ ਲੋਭੀ ਬੰਦੇ ਦਾ ਮਨ ਨਹੀਂ ਟਿਕਦਾ ਕਿਉਂ ਨਹੀਂ ਟਿਕਦਾ ਜੀ ਅੰਦਰ ਲੋਭ ਵੜਿਆ ਜੀ ਪਰ ਜਦੋਂ ਕੋਈ ਕਮਾਈ ਵਾਲਾ ਪੁਰਸ਼ ਬੋਲਦਾ ਹੈ ਤੇ ਲੋਭੀਆਂ ਦੇ ਵੀ ਮਨ ਟਿਕ ਜਾਂਦੇ ਨੇ ਜੀ ਡਾਕਟਰ ਸਾਹਿਬ ਬਾ ਉਹਨਾਂ ਨੂੰ ਅੱਖਰ ਉੱਤੇ ਪਰ ਹੈ ਲੋਭੀਆਂ ਦੇ ਵੀ ਮਨ ਟਿਕਦੇ ਜੀ ਭਾਈ ਨਿਵਲਾ ਜੀ ਤੇ ਭਾਈ ਨਿਹਾਲੂ ਜੀ ਦੀ ਕਥਾ ਦਾ ਅਸਰ ਪੈ ਰਿਹਾ ਕਹਿੰਦੇ ਸਾਡੇ ਤੇ ਫਿਰ ਗੁਰੂ ਜੀ ਨੇ ਦੱਸਿਆ ਕਥਾ ਕਰਨ ਵਾਲੇ ਵਿੱਚ 14 ਗੁਣ ਹੋਣ ਤੇ ਕਥਾ ਸੁਣਨ ਵਾਲੇ ਵਿੱਚ ਵੀ 14 ਗੁਣ ਹੋਣ ਤੇ ਗੱਲ ਬਹੁਤ ਛੇਤੀ ਬਣ ਜਾਂਦੀ ਹੈ ਜੀ ਚੇਤਾ ਰੱਖਿਓ ਉਹ ਗੁਣ ਨਹੀਂ ਹੈ ਕਥਾ ਕਰਨ ਵਾਲੇ ਵਿਚਾਰੇ ਮੇਰੇ ਵਰਗੇ ਰੌਲਾ ਹੀ ਪਾਉਂਦੇ ਰਹਿੰਦੇ ਆ ਕੋਈ ਉਹਨਾਂ ਦੀ ਕਥਾ ਨਹੀਂ ਸੁਣਦਾ ਜੀ ਬੋਲਣਗੇ ਲੋਕਾਂ ਦਾ ਧਿਆਨ ਨਹੀਂ ਜੁੜੇਗਾ ਸੁਰਤ ਨਹੀਂ ਜੁੜੇਗੀ ਜੀ ਗੁਰਸਿੱਖਾਂ ਨੇ ਜਦੋਂ ਇਹ ਗੱਲ ਸੁਣੀ ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਸਾਨੂੰ ਦੱਸੋ ਉਹ 14 ਗੁਣ ਕਿਹੜੇ ਨੇ ਤੇ ਮਹਾਰਾਜ ਫਿਰ ਸੱਚੇ ਪਾਤਸ਼ਾਹ 14 ਗੁਣ ਦੱਸਦੇ ਕਿ 14 ਗੁਣ ਦੀ ਉਹ ਤੁਸੀਂ ਕੱਲ ਦੀ ਕਥਾ ਚ ਵੈਗੁਰੂ ਪਿਛਲੇ ਦਿਨਾਂ ਦੀ ਕਥਾ ਚ ਸੁਣੇ ਸੀ ਕਥਾ ਕਰਨ ਵਾਲੇ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਇਹ ਤੁਸੀਂ ਸੁਣਿਆ ਸੀਗਾ ਮਹਾਰਾਜ ਜੀ ਨੇ ਕਿਹਾ ਸੀ ਇੱਕ ਤਾਂ ਬਾਗਮਈ ਹੋਵੇ ਬਾਦ ਚੰਗੀ ਹੋਵੇ ਸੁਰੀਲੀ ਹੋਵੇ ਵਿਆਸ ਹੋਵੇ ਭਾਵ ਸਰੋਤਿਆਂ ਦੀ ਸਮਝ ਨੂੰ ਸਮਝਣ ਵਾਲਾ ਹੋਵੇ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਬੜੇ ਗੁਣ ਦੱਸੇ ਸਿੱਧਾ ਬੈਠੇ ਸਰੋਤਿਆਂ ਦੀ ਰੁਚੀ ਜਾਣਦਾ ਹੋਵੇ ਬੜੇ ਗੁਣ ਕਥਾ ਵਾਲਿਆਂ ਤੇ ਦੱਸੇ ਉਹ ਤੁਸੀਂ ਸੁਣੇ ਹੁਣ ਆਪਾਂ ਸੁਣਨੇ ਆ ਕਿ ਸੁਣਨ ਵਾਲਿਆਂ ਦੇ ਕਿਹੜੇ ਗੁਣ ਹਨ ਗੱਜ ਕੇ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਵਾਹਿਗੁਰੂ ਸੁਣਨ ਵਾਲਿਆਂ ਦੇ ਕਿਹੜੇ ਗੁਣ ਹੋਣੇ ਚਾਹੀਦੇ ਕਥਾ ਸੁਣਨ ਵਾਲੀ ਸੰਗਤ ਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਆ ਇਹ ਹੁਣ ਕਥਾ ਆ ਰਹੀ ਹੈ ਬੜੇ ਪਿਆਰ ਦੇ ਨਾਲ ਸੁਣੋ ਸ੍ਰੀ ਅੰਮ੍ਰਿਤਸਰ ਜੀ ਦੀ ਧਰਤੀ ਤੇ ਧੰਨ ਸ਼ਹੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਣ ਦੱਸ ਰਹੇ ਨੇ ਕਥਾ ਸੁਣਨ ਵਾਲਿਆਂ ਦੇ ਤੇ ਕਥਾ ਤੁਸੀਂ ਵੀ ਸੁਣਦੇ ਹੋ ਤੇ ਮੈਂ ਵੀ ਸੁਣਦਾ ਹਾਂ ਤਾਨੂੰ ਸਾਰਿਆਂ ਨੂੰ ਇਹ ਗੁਣ ਹੋਣੇ ਚਾਹੀਦੇ ਆ ਜੀ ਪਿਆਰ ਨਾਲ ਸਾਦੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫੇਰ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਇਹੇ ਬਖਤੇ ਕੇ 14 ਗੁਣ ਹੈ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਿਆਰਿਓ ਵਖਤੇ ਦੇ ਕਥਾ ਕਰਨ ਵਾਲੇ ਦੇ 14 ਗੁਣ ਤੁਸੀਂ ਸੁਣਿਆ ਹਾਂ ਜੀ ਤਰਹਿ ਚਤੁਰਦਸ਼ ਕਥਾ ਜੋ ਸੁਣ ਹੈ ਹੁਣ ਜਿਹੜੇ ਕਥਾ ਸੁਣਨ ਵਾਲੇ ਨੇ ਉਹਨਾਂ ਵਿੱਚ ਵੀ 14 ਗੁਣ ਹੋਣੇ ਚਾਹੀਦੇ ਆ ਜੀ ਵੇਖੋ ਜੀ ਕੋਈ ਵੀ ਕੰਮ ਕਰਨਾ ਕੋ ਉਹ ਦੀ ਡੁਗਤੀ ਹੋਵੇ ਜੀ ਕੋਈ ਮਰਿਆਦਾ ਹੋਣੀ ਚਾਹੀਦੀ ਹੈ ਬੋਲਣ ਦੀ ਵੀ ਮਰਿਆਦਾ ਹੋਣੀ ਚਾਹੀਦੀ ਤੇ ਸੁਣਨ ਵਾਲਿਆਂ ਦੀ ਵੀ ਮਰਿਆਦਾ ਹੋਣੀ ਚਾਹੀਦੀ ਹੈ ਜੀ ਹਾਂਜੀ ਬਕਤਾ ਕੀ ਕਰਨੀ ਨਿਜ ਭਗਤ ਮਨ ਬਾਚ ਕਰਮਨ ਕੇ ਸੰਜੁਗਤ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਹੁਣ ਸਰੋਤੇ ਦੇ ਗੁਣ ਸੁਣੋ ਉਹ ਵਕਤਾ ਦੀ ਕਰਨੀ ਦਾ ਮਨ ਬਚਨ ਅਤੇ ਕਰਮ ਕਰਕੇ ਨਿਧੀ ਭਗਤ ਹੋਵੇ ਭਾਵ ਸਭ ਤੋਂ ਪਹਿਲਾਂ ਜਿਹੜਾ ਬੁਲਾਰਾ ਬੋਲ ਰਿਹਾ ਉਹਦੇ ਪ੍ਰਤੀ ਉਹਦੇ ਚੰਗੇ ਖਿਆਲ ਹੋਣ ਦੀ ਹਾਂਜੀ ਉਹਦੇ ਪ੍ਰਤੀ ਸ਼ਰਧਾ ਹੋਵੇ ਜਿਹਦੇ ਮੁਖੋਂ ਕਥਾ ਸੁਣਨੀ ਹੈ ਹੁਣ ਗਿਆਨੀ ਤੇ ਬਹੁਤ ਵਧੀਆ ਲੱਗਾ ਹੋਵੇ ਪਰ ਜਿਹੜਾ ਸਰੋਤਾ ਦੀ ਉਹ ਆਖੇ ਮੈਂ ਇਹ ਬੰਦਾ ਹੀ ਨਹੀਂ ਚੰਗਾ ਹੈਗਾ ਮੈਂ ਨਹੀਂ ਇਹ ਰੇ ਮੁਖੋਂ ਕਥਾ ਸੁਣਨੀ ਹਾਂਜੀ ਤੇ ਕਥਾ ਸੁਣਨ ਵੀ ਬੈ ਗਿਆ ਪਰ ਉਸ ਵਕਤੇ ਤੇ ਸ਼ਰਧਾ ਨਹੀਂ ਹੈ ਨਾ ਹੈਗੀ ਤਾਂ ਵੀ ਕਥਾ ਦਾ ਅਸਰ ਨਹੀਂ ਤੇ ਹੁੰਦਾ ਜੀ ਕਥਾ ਦਾ ਨਹੀਂ ਅਸਰ ਹੁੰਦਾ ਕਥਾ ਉਤੋ ਹੀ ਲੰਘ ਜਾਂਦੀ ਬੰਦੇ ਦੇ ਜੀ ਹਾਂਜੀ ਕਥਾ ਕਰਨ ਵਾਲੇ ਤੇ ਵੀ ਪ੍ਰੋਸ ਸ਼ਰਧਾ ਰੱਖਣੀ ਹੈ ਜੀ ਹਾਂਜੀ ਕਥਾ ਕਰਨ ਵਾਲੇ ਨੂੰ ਵੀ ਚੰਗਾ ਗਿਣਨਾ ਸਿੱਧੀ ਗੱਲ ਹੈ ਕਥਾ ਕਰਨ ਵਾਲੇ ਵਿੱਚ ਸ਼ਰਧਾ ਹੋਵੇ ਜੀ ਜਿਹੜਾ ਕਥਾ ਕਰ ਰਿਹਾ ਨਾ ਜੀ ਸੁਣਨ ਵਾਲੇ ਨੂੰ ਕਰਨ ਵਾਲੇ ਤੇ ਸ਼ਰਧਾ ਹੋਵੇ ਉਹਨੂੰ ਇਹ ਚੰਗਾ ਸਮਝਦਾ ਹੋਵੇ ਤਾਂ ਕਥਾ ਅਸਰ ਕਰਦੀ ਦੀ ਹੁਣ ਬੰਦਾ ਕਥਾ ਤੇ ਸੁਣੀ ਜਾਂਦਾ ਚਲੋ ਬਚਨ ਤੇ ਗੁਰੂ ਜੀ ਦੇ ਹੀ ਆ ਜੀ ਪਰ ਆਖੇ ਛੱਡੋ ਪਰਾਂ ਸਾਨੂੰ ਪਤਾ ਆਪ ਤੇ ਇੰਜ ਕਰਦਾ ਸਾਨੂੰ ਉਪਦੇਸ਼ ਦੇ ਰਿਹਾ ਹੈ ਤਾਂ ਵੀ ਗੱਲ ਨਹੀਂ ਬਣਦੀ ਤਾਂ ਵੀ ਨਹੀਂ ਗੱਲ ਬਣਦੀ ਹਾਂਜੀ ਦੁਜੇ ਹੋਏ ਨ ਮਨ ਹੰਕਾਰੀ ਦੂਸਰਾ ਗੁਣ ਸੱਚੇ ਪਾਤਸ਼ਾਹ ਕਥਾ ਸੁਣਨ ਵਾਲਿਆਂ ਦਾ ਦੱਸਦੇ ਐ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਹੰਕਾਰੀ ਨਹੀਂ ਹੋਣਾ ਚਾਹੀਦਾ ਜੀ ਚੇਤਾ ਰੱਖਿਓ ਮਨ ਨੀਵਾ ਹੋਏਗਾ ਕਥਾ ਅੰਦਰ ਟਿਕੇਗੀ ਜੀ ਮਨ ਨੀਵਾ ਹੋਏਗਾ ਚਿੱਤ ਇਹ ਵੀ ਇੱਕ ਗੱਲ ਤੇ ਕਥਾ ਕਰਨ ਵਾਲਾ ਭਾਵੇਂ ਨਾ ਵੀ ਪੂਰਾ ਹੋਵੇ ਸੁਣਨ ਵਾਲਾ ਪੂਰਾ ਹੋਵੇ ਉਹਦੀ ਗੱਲ ਬਣ ਜਾਂਦੀ ਹੈ ਜੀ ਫਿਰ ਧਿਆਨ ਨਾਲ ਸੁਣਿਓ ਕਥਾ ਕਰਨ ਵਾਲਾ ਨਹੀਂ ਵੀ ਚੰਗਾ ਸੁਣਨ ਵਾਲਾ ਬੰਦਾ ਚੰਗਾ ਉਹਦੀ ਗੱਲ ਵੜਦੇਗੀ ਜੀ ਇੱਕ ਸਾਖੀ ਬੜੀ ਮਸ਼ਹੂਰ ਹੈ ਬੀਬੀ ਬੱਚੀ ਰੋਜ਼ ਕਥਾ ਸੁਣਨ ਆਉਂਦੀ ਸੀ ਪੰਡਤ ਜੀ ਕਥਾ ਕਰਦੇ ਉਹਨਾਂ ਨੇ ਇਹ ਗੱਲ ਕਹੀ ਕਿਹੜੀ ਗੱਲ ਕਹੀ ਕਹਣ ਲੱਗੇ ਵੀ ਰੱਬ ਦਾ ਨਾਮ ਜਪਿਆ ਨਾ ਪਾਣੀ ਉੱਤੇ ਤਰ ਜਾਈਦਾ ਸਮੁੰਦਰ ਤੇ ਤਰ ਜਾਈਦਾ ਸਮੁੰਦਰ ਤੇ ਤੁਰੀਦਾ ਰੱਬ ਦਾ ਨਾਮ ਬੰਦੇ ਨੂੰ ਡੁੱਬਣ ਨਹੀਂ ਦਿੰਦਾ ਜੀ ਆਖੋ ਵਾਹਿਗੁਰੂ ਵਾਹਿਗੁਰੂ ਉਹਨੇ ਇਹ ਗੱਲ ਆਖੀ ਜੀ ਰੱਬ ਦਾ ਨਾਮ ਬੰਦੇ ਨੂੰ ਡੁੱਬਣ ਨਹੀਂ ਦਿੰਦਾ ਬੱਚੀ ਨੇ ਕਥਾ ਸੁਣੀ ਜੀ ਦਰਿਆ ਪਾਰ ਕਰਕੇ ਕਥਾ ਸੁਣਨ ਜਾਂਦੀ ਸੀਗੀ ਜੀ ਅਗਲੇ ਦਿਨ ਉਹਨੇ ਸ਼ਰਧਾ ਵੱਜ ਗਈ ਜੀ ਹਾਂਜੀ ਪੰਡਿਤ ਜੀ ਤੇ ਬੜੀ ਸ਼ਰਧਾ ਸੀਗੀ ਉਹਨੇ ਦਰਿਆ ਦੇ ਉੱਤੇ ਤੁਰਨਾ ਸ਼ੁਰੂ ਕੀਤਾ ਤੇ ਰਾਮ ਰਾਮ ਜਪਣਾ ਸ਼ੁਰੂ ਕੀਤਾ ਜੀ ਪਾਰ ਹੋ ਗਈ ਜੀ ਉਹ ਪੰਡਤ ਜੀ ਨੂੰ ਦੱਸਿਆ ਪੰਡਤ ਜੀ ਮੈਂ ਇਸ ਤਰ੍ਹਾਂ ਆਈ ਹਾਂ ਹੁਣ ਪੰਡਤ ਜੀ ਨੇ ਕਥਾਈ ਕੀਤੀ ਉਹਨਾਂ ਨੂੰ ਆਪ ਵੀ ਸ਼ਰਧਾ ਨਹੀਂ ਆ ਗਈ ਜੀ ਹਾਂ ਜੀ ਪੰਡਤ ਜੀ ਕਹਿੰਦੇ ਹੋਈ ਨਹੀਂ ਸਕਦਾ ਕਹਿੰਦੀ ਮੈਂ ਤਾਂ ਤੁਹਾਡੀ ਕਥਾ ਸੁਣੀ ਆ ਵੇਖਿਓ ਫਿਰ ਉਹ ਤੁਰੇ ਰਾਮ ਰਾਮ ਕਰਦੇ ਆ ਜੀ ਤੇ ਪੰਡਤ ਹੁਣਾ ਨੇ ਵੀ ਰਾਮ ਰਾਮ ਕਿਹਾ ਪਰ ਉਹ ਡੁੱਬ ਗਏ ਜੀ ਹਾਂ ਜੀ ਪਰ ਬੀਬੀ ਨੇ ਤੇ ਕਥਾ ਸੁਣੀ ਨਾ ਜੀ ਕਥਾ ਸੁਣੀ ਉਹਦੀ ਸ਼ਰਦਾ ਬਣ ਗਈ ਉਹਦਾ ਭਲਾ ਹੋ ਗਿਆ ਜੀ ਕਿਉਂ ਜੇ ਉਸ ਬੀਬੀ ਬੱਚੀ ਦਾ ਮਨ ਹੰਕਾਰੀ ਹੁੰਦਾ ਅੰਦਰ ਥਾਂ ਹੀ ਨਾ ਹੁੰਦੀ ਤੇ ਗੱਲ ਨਹੀਂ ਹੀ ਬਣਦੀ ਸੰਗਤ ਦੀ ਅੰਦਰ ਤੇ ਹਉਮੈ ਭਰੀ ਪਈ ਜੀ ਕਈ ਬੰਦੇ ਪਤਾ ਕੀ ਕਹਿੰਦੇ ਜੀ ਸਾਨੂੰ ਸਭ ਪਤਾ ਹੈਗਾ ਕਹਿੰਦੇ ਕਥਾ ਵੀ ਸੁਣੀ ਜਾਣਗੇ ਇਹ ਵੀ ਕਹਿਣਗੇ ਸਾਨੂੰ ਸਭ ਪਤਾ ਹੈਗਾ ਹੰਕਾਰ ਨਾਲ ਅੰਦਰ ਭਰਿਆ ਪਿਆ ਅੰਦਰ ਜਗ੍ਹਾ ਹੀ ਨਹੀਂ ਹੈਗੀ ਤੇ ਕਥਾ ਕਿੱਥੇ ਰਵੇਗੀ ਦੀ ਕਥਾ ਨੂੰ ਮਿਤ ਰਹਿਣ ਵਾਸਤੇ ਜਗ੍ਹਾ ਚਾਹੀਦੀ ਨਾ ਜੀ ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਥਾ ਸੁਣਨ ਵਾਲੇ ਦਾ ਦੂਜਾ ਗੁਣ ਇਹ ਹੈ ਉਹਦੇ ਮਨ 'ਚ ਹੰਕਾਰ ਨਾ ਆਵੇ ਹਾਂਜੀ ਜਾਨਹਿ ਮੈਂ ਬੜ ਸੇਵਾਦਾਰੀ ਇਹ ਨਾ ਜਾਣੇ ਕਿ ਮੈਂ ਹੀ ਬੜਾ ਵੱਡਾ ਸੇਵਾ ਕਰਨ ਵਾਲਾ ਹੈਗਾ ਹਉ ਮੇ ਨਾ ਧਾਰਨ ਕਰੇ ਗੱਜ ਕੇ ਆਖੋ ਵਾਹਿਗੁਰੂ ਹਾਂਜੀ ਤ੍ਰਿਤੀਏ ਸ਼ਰਧਾ ਸੁਣਬੇ ਹੋਏ ਨਹੀਂ ਉਚਟ ਹੈ ਮਨ ਕੋ ਸੋਏ ਤੀਜਾ ਗੁਣ ਕਥਾ ਸੁਣਨ ਵਾਲੇ ਦਾ ਮਹਾਰਾਜ ਦੱਸਦੇ ਆ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਕਥਾ ਸੁਣਨ ਚ ਸ਼ਰਧਾ ਆਵੇ ਜੀ ਨੇਮ ਨਾਲ ਕਥਾ ਸੁਣਦਾ ਹੋਵੇ ਪ੍ਰੇਮ ਨਾਲ ਕਥਾ ਸੁਣੇ ਐ ਸਮੇ ਨਾਲ ਆਵੇ ਕਥਾ ਸੁਣੇ ਤੇ ਨਹੀਂ ਉਚਾਟ ਹੈ ਮਨ ਕੇ ਸੋਏ ਉਹਦਾ ਮਨ ਨਾ ਉਚਾਟ ਹੋਵੇ ਜੀ ਕਥਾ ਸੁਣਦਿਆਂ ਆਪਣੇ ਮਨ ਨੂੰ ਬੋਰ ਨਾਉਣ ਦਵੇ ਜੀ ਕਥਾ ਦੇ ਵਿੱਚ ਲਾਵੇ ਜਿਹੜੀ ਗੱਲ ਨਹੀਂ ਸਮਝ ਆਉਂਦੀ ਧਿਆਨ ਦਵੇ ਪੂਰਾ ਇਹ ਗੁਣ ਹੈ ਕਾਜੀ ਕਥਾ ਸੁਣਨ ਵਾਲਿਆਂ ਦਾ ਜੀ ਹਾਂਜੀ ਚੌਥੇ ਆਪਣੀ ਚਿੱਤ ਚਤੁਰਾਈ ਹਾਂਜੀ ਬਕਤੇ ਪਰ ਨਹਿ ਕਰਹਿ ਬਨਾਈ ਤੇ ਚੌਥਾ ਆਪਣੀ ਚਤੁਰਾਈ ਨਾ ਵਿਖਾਉਂਦਾ ਰਵੇ ਮਹਾਰਾਜ ਕਹਿਣ ਲੱਗੇ ਕਈ ਬੰਦੇ ਕਥਾ ਸੁਣਦੇ ਆ ਚਤੁਰਾਈ ਵਿਖਾਉਣਗੇ ਵਕਤੇ ਉੱਤੇ ਉਹ ਗੱਲਾਂ ਲਾਗੂ ਕਰਨਗੇ ਵੀ ਆਹ ਗੱਲ ਇੰਜ ਕਰੋ ਹੁੰਦੇ ਸੁਣਨ ਵਾਲੇ ਆ ਪਰ ਕਹਿਣਗੇ ਆਹ ਗੱਲ ਇੰਜ ਸੁਣਾਓ ਮਹਾਰਾਜ ਕਹਿੰਦੇ ਕਥਾ ਸੁਣਨ ਵਾਲੇ ਦਾ ਗੁਣ ਨਹੀਂ ਹੈਗਾ ਕਹਿਣ ਲੱਗੇ ਹਾਂਜੀ ਪੰਚਮ ਬਖਤਾ ਪਨੈ ਜੋ ਅਰਥ ਪੰਜਵਾਂ ਗੁਣ ਕੀ ਕਥਾ ਸੁਣਨ ਵਾਲਿਆਂ ਦਾ ਆਖੋ ਵਾਹਿਗੁਰੂ ਵਾਹਿਗੁਰੂ ਵਕਤਾ ਕਥਾ ਕਰਨ ਵਾਲਾ ਜਿਹੜਾ ਗੁਰੂ ਦਾ ਪਿਆਰਾ ਸਿੱਖ ਹੈ ਉਹ ਜਿਹੜਾ ਵੀ ਅਰਥ ਦੱਸ ਰਿਹਾ ਬਾਣੀ ਦਾ ਹਾਂਜੀ ਤੇ ਹੀ ਸਮਝਨ ਕੀ ਹੋਏ ਸਮਰਥ ਉਹਨੂੰ ਅਰਥਾਂ ਨੂੰ ਸਮਝਣ ਵਾਲੀ ਬੁੱਧੀ ਵੀ ਉਹਦੇ ਅੰਦਰ ਹੋਣੀ ਚਾਹੀਦੀ ਹੈ ਬੁੱਧੀ ਵੀ ਆਉਣੀ ਚਾਹੀਦੀ ਹੈ ਕਈ ਬੰਦੇ ਸੰਗਤ ਜੀ ਸੁਣਦੇ ਉਹਨਾਂ ਦੀ ਬੁੱਧੀ ਨਹੀਂ ਹੁੰਦੀ ਜੀ ਇੱਕ ਰਾਗੀ ਬਹੁਤ ਸੋਹਣੇ ਆਲਾਪ ਲਾ ਲਾ ਕੇ ਕੀਰਤਨ ਕਰੇ ਤੇ ਮਾਈ ਸਾਹਮਣੇ ਬੈਠੀ ਕੀਰਤਨ ਸੁਣਦੀ ਰੋਣ ਲੱਗ ਪਈ ਜੀ ਹਾਂਜੀ ਉਹਨੇ ਸੋਚਿਆ ਵੀ ਮਾਈ ਨੂੰ ਕੀਰਤਨ ਸੁਣਦਿਆ ਬੈਰਾਗ ਹੋ ਗਿਆ ਹੈ ਤੇ ਰਾਗੀ ਸਿੰਘਾ ਨੇ ਪੁੱਛਿਆ ਕੀਰਤਨ ਕਰਨ ਤੋਂ ਬਾਅਦ ਕਹਿੰਦੇ ਜੀ ਲੱਗਦਾ ਤੁਹਾਨੂੰ ਕੀਰਤਨ ਬਹੁਤ ਚੰਗਾ ਲੱਗਾ ਕਹਿੰਦੇ ਚੰਗਾ ਚੰਗਾ ਨਹੀਂ ਕੋਈ ਵੀ ਲੱਗਾ ਆ ਜਿਵੇਂ ਤੁਸੀਂ ਡਿੰਗ ਰਹੇ ਸੀ ਨਾ ਸਾਡਾ ਕੱਟਾ ਵੀ ਐਂਡ ਰਿੰਗਦਾ ਸੀ ਤੇ ਮਰ ਗਿਆ ਕਹਿਣ ਲੱਗੇ ਮੈਂ ਤੇ ਰੋਂ ਨਹੀਂ ਸਾ ਸੋਹਣਾ ਸਰੀਰ ਹੈਗਾ ਕਿਤੇ ਮਾਰੀ ਨਾ ਜਾਇਓ ਹਾਂਜੀ ਹੁਣ ਇਹ ਕੀ ਹੈ ਇਹ ਆ ਵੀ ਬੁੱਧੀ ਨਹੀਂ ਹੈਗੀ ਜੀ ਕਦਰ ਹੀ ਨਹੀਂ ਹੈਗੀ ਉਹ ਕਿਹੜੀ ਗੱਲ ਕਰ ਰਹੇ ਆ ਜੀ ਹੁਣ ਉਹਦੀ ਇੰਨੀ ਸਮਝ ਨਹੀਂ ਹੈਗੀ ਵੀ ਮੈਂ ਇਹ ਤਾਂ ਰਾਗ गा ਰਿਹਾ ਐ ਇਹ ਤਾਂ ਆਲਾਪ ਕਰ ਰਿਹਾ ਐ ਇਥੇ ਇਹੋ ਜੇ ਤਾਂ ਆਲਾਪ ਕਰਨਾ ਹੀ ਬੜੇ ਔਖੇ ਆ ਉਹਦੀ ਸਮਝ ਹੀ ਨਹੀਂ ਹੈਗੀ ਇਹਨੂੰ ਕਹਿੰਦੇ ਆ ਸਥੋਲ ਬੁੱਧੀ ਉਹਨੂੰ ਇੰਨਾ ਹੀ ਹੈਗਾ ਵੀ ਇਹ ਕਟੇ ਅੰਗੂੜਿੰਗ ਦੇ ਮਾਰੀ ਨਾ ਜਾਣ ਕਿਤੇ ਇਸ ਕਰਕੇ ਇਹਨਾਂ ਗੱਲਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਕਥਾ ਹੋ ਰਹੀ ਹੈ ਨਾ ਉਹਦੇ ਅਰਥ ਸਮਝਣ ਦੀ ਸ਼ਕਤੀ ਹੋਵੇ ਉਹਦੇ ਅੰਦਰ ਜੀ बार-बार ਸੁਣੇ ਬਾਰ-ਬਾਰ ਸੁਣੇ ਬਾਰ-ਬਾਰ ਆਪਣੇ ਮਨ ਚ ਵਿਚਾਰੇ ਮਤਲਬ ਰੁਚੀ ਹੋਵੇ ਦੀ ਉਹਦੀ ਪੂਰੀ ਜੀ ਹਾਂਜੀ ਖਸ਼ਤਮ ਪ੍ਰਸ਼ਨ ਕਰਨ ਕੋ ਜਾਣੈ ਛਵੀਂ ਗੱਲ ਇਹ ਵੀ ਐ ਇਹ ਵੀ ਗੁਣ ਐ ਕਥਾ ਸੁਣਨ ਵਾਲੇ ਵਿੱਚ ਉਹਨੂੰ ਕਥਾ ਸੁਣ ਕੇ ਪ੍ਰਸ਼ਨ ਕਰਨਾ ਆਉਂਦਾ ਹੋਵੇ ਜੀ ਪ੍ਰਸ਼ਨ ਕਰਨਾ ਕੀ ਆਉਂਦਾ ਹੋਵੇ ਕਿ ਦੱਸੋ ਬਾਬਾ ਜੀ ਭਾਈ ਸਾਹਿਬ ਜੀ ਤੁਸੀਂ ਆਹ ਗੱਲ ਸੁਣਾਈ ਐ ਤੇ ਇਹ ਗੱਲ ਫਿਰ ਮੈ ਰਹਿ ਗਈ ਸੀਗੀ ਆ ਗੱਲ ਇੰਜ ਕਿਵੇਂ ਹੈਗੀ ਐ ਆ ਗੱਲ ਇੰਜ ਕਿਵੇਂ ਹੈਗੀ ਐ ਸਾਨੂੰ ਸਾਰੀ ਗੱਲ ਦੱਸੋ ਪ੍ਰਸ਼ਨ ਕਰਨਾ ਵੀ ਆਉਂਦਾ ਹੋਵੇ ਜੀ ਅਸਲ ਵਿੱਚ ਕਥਾ ਸੁਣਦਿਆਂ ਜਦੋਂ ਕੋਈ ਗੱਲ ਕੋਈ ਪੁੱਛਦਾ ਨਾ ਫੇਰ ਹੀ ਕਥਾ ਕਰਨ ਵਾਲੇ ਨੂੰ ਪਤਾ ਲੱਗਦਾ ਵੀ ਇਹ ਸੁਣ ਰਿਹਾ ਹੈਗਾ ਜੀ ਕਥਾ ਨਹੀਂ ਤੇ ਪਤਾ ਹੀ ਨਹੀਂ ਲੱਗਦਾ ਜੀ ਹਾਂਜੀ ਸਪਤਮ ਸੁਨੇ ਗ੍ਰੰਥ ਬੋਹ ਕਾਨੇ ਅਖੋ ਵਾਹਿਗੁਰੂ ਸਤਵਾਂ ਗ੍ਰੰਥਾਂ ਨੂੰ ਕੰਨਾਂ ਨਾਲ ਬਹੁਤ ਧਿਆਨ ਨਾਲ ਸੁਣੇ ਕਥਾ ਨੂੰ ਆਪਣੇ ਕੰਨਾਂ ਨਾਲ ਬਹੁਤ ਧਿਆਨ ਨਾਲ ਸੁਣੇ ਸੰਗਤ ਦੀ ਕਥਾ ਸੁਣਦਿਆਂ ਕੰਨ ਕਥਾ 'ਚ ਹੀ ਰੱਖੇ ਜੀ ਕੰਨ ਕਥਾ 'ਚ ਹੀ ਰੱਖੇ ਪਰ ਵੇਖੀ ਤਾਂ ਬੰਦਾ ਕਥਾ ਤੇ ਸੁਣ ਰਿਹਾ ਹੁੰਦਾ ਚਲੋ ਇੱਥੇ ਤਾਂ ਤੁਸੀਂ ਬੈਠੇ ਬੜੀ ਮਿਹਰ ਵਾਲੇ ਹੋ ਨਾ ਬੜੀ ਸਾਵਧਾਨਤਾ ਵਾਲੇ ਹੋ ਮੈਂ ਇੱਕ ਵਾਰੀ ਪਿਪਲੀ ਸਾਹਿਬ ਕਥਾ ਕਰਨ ਗਿਆ ਜੀ ਉਹ ਆਗੇ ਜੀ ਸਟੂਡੈਂਟ ਸਕੂਲ ਦੇ ਬੱਚੇ ਜੀ ਨੁਕਰ ਤੇ ਬਹਿ ਕੇ ਗੱਲਾਂ ਹੀ ਕਰੀ ਗਏ ਜੀ ਗੱਲਾਂ ਹੀ ਕਰੀ ਗਏ ਇਹੋ ਜਿਹੇ ਬੰਦੇ ਕੋਈ ਪ੍ਰਾਪਤੀ ਨਹੀਂ ਕਰ ਸਕਦੇ ਜੀ ਬੜੇ ਧਿਆਨ ਨਾਲ ਕਥਾ ਸੁਣੇ ਕੰਨ ਲਾ ਕੇ ਕਥਾ ਸੁਣੇ ਹਾਂਜੀ ਅਸ਼ਟਮ ਆਲਸ ਕੋ ਨਹ ਤਰੈ ਫਿਰ ਅਠਵਾਂ ਮਹਾਰਾਹ ਕਹਿੰਦੇ ਆਲਸੀ ਨਾ ਹੋਵੇ ਆਲਸੀ ਨਾ ਹੋਵੇ ਕਥਾ ਹੁਣ ਵੇਖੋ ਨਾ ਜੀ ਸਾਹਮਣੇ ਗਿਆਨੀ ਕਥਾ ਕਰਨ ਦਿਆ ਜੀ ਤੇ ਸੁਣਨ ਵਾਲੇ ਦੀਆਂ ਬਾਜ਼ੀਆਂ ਪੈਣਦੀਆਂ ਜੀ ਉਹ ਇੰਨੇ ਉਹਨੂੰ ਝੋਕਾ ਹੀ ਆਈ ਦਿੰਦੀਆਂ ਉਹ ਥੱਲੇ ਡਿੱਗੀ ਜਾਂਦਾ ਜੀ ਫਿਰ ਗੱਲ ਥੋੜੀ ਬਣਦੀ ਨਹੀਂ ਕਥਾ ਸੁਣਨੀ ਹੈ ਆਲ ਦਸ ਛੱਡਣਾ ਜੀ ਹਾਂਜੀ ਨੌ ਮੋ ਨਿੰਦਰਾ ਕੋ ਬਸ ਕਰ ਅੱਖੋ ਵਾਹ ਗੁਰੂ ਨੌਵਾਂ ਗੁਣ ਕਥਾ ਸੁਣਨ ਵਾਲੇ ਦਾ ਇਹ ਹੈ ਨੀਂਦ ਆਪਣੇ ਵਾਸਤੇ ਕਰੇ ਜੀ ਉਹ ਕਥਾ ਸੁਣਦਿਆਂ ਨੀਂਦ ਹੀ ਆ ਜਾਏ ਤੇ ਕੀ ਗੱਲ ਬਣਦੀ ਜੀ ਉਹ ਅਮਰਨਾਥ ਤੇ ਸ਼ਿਵ ਜੀ ਕਥਾ ਕਰ ਰਹੇ ਹੈਗੇ ਜੀ ਤੇ ਪਾਰਵਤੀ ਜੀ ਨੂੰ ਨੀਂਦ ਆ ਗਈ ਹੋਗੀ ਜੀ ਅਮਰ ਕਥਾ ਹੀ ਉਹ ਜੀ ਜਿਹੜਾ ਕਹਿੰਦੇ ਸੁਨੇਗਾ ਅਮਰ ਹੀ ਹੋ ਜਾਏਗਾ ਤੇ ਉਹ ਕਥਾ ਸ਼ਿਵਦੀਪ ਭਗਵਾਨ ਕਥਾ ਕਰਦੇ ਜੀ ਪਾਰਵਤੀ ਉਹ ਨਹੀਂ ਜਿਸੋਂਗੇ ਜੀ ਕਹਿੰਦਾ ਕਬੂਤਰ ਨੇ ਸੁਣ ਲਈ ਸਾਰੀ ਦੀ ਉਹ ਕਥਾ ਦੀ ਹਾਂ ਜੀ ਹੁਣ ਉਹ ਜਿਹੜੀ ਗੱਲ ਨੰਗੜੀ ਹੀ ਹੋ ਨੰਗ ਗਈ ਦੀ ਪਤਾ ਹੀ ਨਹੀਂ ਲੱਗੀ ਜੀ ਨੀਂਦ ਨੂੰ ਵਾਸ ਵਿਚ ਰੱਖੇ ਗੁਰੂ ਆਰ ਗੋਬਿੰਦ ਸਾਹਿਬ ਕਹਿੰਦੇ ਪੂਰਾ ਆਦਾ ਆਪਣੇ ਸਰੀਰ ਤੇ ਕੰਟਰੋਲ ਹੋਣਾ ਚਾਹੀਦਾ ਜੀ ਹਾਂਜੀ ਦਸਮੋ ਸੁਨਹਿ ਧਰੈ ਔਰ ਸੋਏ ਫਿਰ ਮਹਾਰਾਜ ਕਹਿੰਦੇ ਕਥਾ ਸੁਣਨ ਵਾਲੇ ਦਾ ਦਸਵਾਂ ਗੁਣ ਇਹ ਹੈ ਜੋ ਸੁਣੇ ਉਹਨੂੰ ਕਮਾਉਣ ਦਾ ਵੀ ਯਤਨ ਕਰੇ ਜੀ ਉਹਨੂੰ ਯਾਦ ਰੱਖੇ ਜੀ ਪਹਿਲੀ ਗੱਲ ਉਹਨੂੰ ਯਾਦ ਰੱਖੇ ਹੁਣ ਆਪਣੀ ਆਪਣੀ ਯਾਦਦਾਸ਼ਤ ਨਹੀਂ ਹੁੰਦੀ ਜੀ ਕਈ ਕੀ ਕਰਦੇ ਜੀ ਇਧਰੋਂ ਗੱਲ ਸੁਣਦੇ ਇਧਰੋਂ ਕੱਢ ਦਿੰਦੇ ਜੀ ਕਈ ਇੱਥੋਂ ਸੁਣਦੇ ਮੁੱਖ ਰਾਂ ਹੀ ਕੱਢਦੇ ਜੀ ਤੇ ਕਈ ਇੱਥੋਂ ਸੁਣਦੇ ਉਹ ਗੱਲ ਬਾਹਰ ਨਹੀਂ ਕੱਢਦੇ ਹਿਰਦੇ 'ਚ ਹੀ ਵਸਾ ਲੈਂਦੇ ਨੇ ਜੀ ਹਾਂਜੀ ਵੰਡ ਖਾਏ ਢਿਗ ਪਿਖ ਜੋ ਹੋਏ ਆਖੋ ਵਾਹਿਗੁਰੂ ਵਾਹਿਗੁਰੂ ਕਥਾ ਤੇ ਬਹੁਤ ਸੁਣਦਾ ਹੋਵੇ ਪਰ ਹੋਵੇ ਲਾਲਚੀ ਕਿਹਨੂੰ ਕੁਛ ਦੇ ਕੇ ਨਾ ਰਾਜੀ ਹੋਵੇ ਮਾਰਾ ਕਹਿੰਦੇ ਇਹ ਕਥਾ ਸੁਣਨ ਵਾਲੇ ਦਾ ਗੁਣ ਨਹੀਂ ਹੈਗਾ ਜੀ ਕਥਾ ਤੇ ਹੋ ਸੁਣਦੀ ਨਾ ਵੰਡ ਖਾਣਾ ਨਾਮ ਜਪਣਾ ਕਿਰਤ ਕਰਨੀ ਵੰਡ ਕੇ ਛਕਣਾ ਜੀ ਮਾਰਾ ਕਹਿੰਦੇ ਵੰਡ ਕੇ ਵੀ ਛਕਦਾ ਹੋਵੇ ਦੂਜਿਆਂ ਨੂੰ ਵੀ ਵੰਡ ਕੇ ਛਕਾਵੇ ਹਾਂਜੀ ਦਵਾ ਦਸ਼ਮੋ ਜਿਮ ਗੁਰਨ ਸਿਧਾਂਤ 12ਵਾਂ ਗੁਣ ਸੁਣੋ 12ਵਾਂ 12ਵਾਂ ਇਹ ਹੈ ਕਿ ਜੋ ਗੁਰੂ ਸਾਹਿਬ ਦਾ ਬਾਣੀ ਚ ਤਤ ਭਾਵ ਹੈ ਨਾ ਸਿਧਾਂਤ ਹੈ ਹਾਂਜੀ ਤਿਸ ਅਨੁਸਾਰ ਸੁਨੇ ਚਿਤ ਸ਼ਾਂਤ ਸਾਧ ਸੰਗਤ ਜੀ ਉਹਦੇ ਅਨੁਸਾਰੀ ਹੋ ਕੇ ਸ਼ਾਂਤ ਚਿਤ ਹੋ ਕੇ ਸੁਣੇ ਜੀ ਆਖੋ ਵਾਹਿਗੁਰੂ ਕਈ ਸੁਣਨ ਵਾਲੇ ਕੀ ਕਰਦੇ ਜੀ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਇਹ ਕਥਾ ਮੇਰੇ ਤੇ ਲੱਗ ਰਹੀ ਹੈ ਜੀ ਕਈ ਵਾਰੀ ਲੱਗ ਜਾਂਦੀ ਕਥਾ ਬੰਦੇ ਤੇ ਜੀ ਹੁਣ ਜਿਹੜਾ ਬੰਦਾ ਲੋਭੀ ਹੈ ਜੀ ਉਹਨੂੰ ਪੈਸੇ ਦਾ ਲਾਲਚ ਹੈ ਜੀ ਕਹਿਤੀ ਜਿਹਦਾ ਲਾਲਚ ਹੈ ਤੇ ਲਾਲਚ ਉੱਤੇ ਕਥਾ ਹੁੰਦੀ ਜੀ ਉਹਨੇ ਕਲਪ ਦੇ ਹੀ ਰਹਿਣਾ ਵੀ ਇਹ ਤੇ ਮੇਰੇ ਤੇ ਹੀ ਕਥਾ ਹੁੰਦੀ ਮੇਰੇ ਤੇ ਹੀ ਕਥਾ ਹੁੰਦੀ ਹਾਂਜੀ ਤੇ ਉਹਦੀ ਕਥਾ ਸੁਣੇ ਦਾ ਫਾਇਦਾ ਨਹੀਂ ਹੈਗਾ ਜੀ ਕੋਈ ਮਾਰਾ ਕਹਿੰਦੇ ਮਨ ਸ਼ਾਂਤ ਕਰਕੇ ਕਥਾ ਸੁਣੇ ਜੀ ਮਨ ਨੂੰ ਸ਼ਾਂਤ ਰੱਖੇ ਫਿਰ ਕਥਾ ਸੁਣੇ ਹਾਂਜੀ ਹੋਏ ਵਿਪਰਜੈ ਤਿਆਗਨ ਕਰੈ ਜੇ ਕੋਈ ਗੁਰੂ ਸਿਧਾਂਤ ਦੇ ਉਲਟ ਗੱਲ ਆਪਣੇ ਜੀਵਨ ਚ ਵਿਖੀ ਐ ਵੀ ਇਹ ਗੱਲ ਜੋ ਕਥਾ ਚ ਹੋ ਰਹੀ ਐ ਉਹ ਮੈਂ ਨਹੀਂ ਕਮਾਈ ਉਹਨੂੰ ਛੱਡ ਦਵੇ ਜੀ ਕਥਾ ਤੇ ਥੋੜੀ ਸੁਣੀ ਵੀ ਸੰਗਤ ਦੀ ਬੜੇ ਫਾਇਦਾ ਕਰਦੀ ਜੀ ਬੜਾ ਫਾਇਦਾ ਕਰਦੀ ਜੀ ਹਾਂਜੀ ਮਾਂ ਨੇ ਪੁੱਤ ਨੂੰ ਕਿਹਾ ਪੁੱਤ ਕਰਦਾ ਸੀ ਚੋਰੀਆਂ ਮਾਂ ਦਿੰਦੀ ਸੀ ਸਾਥ ਕਹਿੰਦੇ ਸੀ ਪੁੱਤ ਕਦੇ ਗੁਰਦੁਆਰੇ ਮੰਦਿਰ ਦੀ ਗੱਲ ਨਹੀਂ ਸੁਣਨੀ ਕੰਨਾਂ ਨਾਲ ਕਥਾ ਨਹੀਂ ਸੁਣਨੀ ਕਦੇ ਉਹ ਕਹਿੰਦਾ ਠੀਕ ਐ ਮਾਂ ਨੇ ਉਹੋ ਜੀ ਸਿੱਖਿਆ ਦਿੱਤੀ ਸੀ ਜੀ ਉਹਨੇ ਜਦੋਂ ਮੰਦਿਰ ਦੇ ਲਾਗੋਂ ਲੰਗਣਾ ਕੰਨਾਂ ਤੇ ਹੱਥ ਰੱਖ ਲੈਣੇ ਜੀ ਵੀ ਇਹ ਕਥਾ ਨਹੀਂ ਸੁਣਨੀ ਇਹ ਗੱਲ ਮੇਰੇ ਕੰਨ ਚ ਨਾ ਪੈ ਦੇ ਤੇ ਇੱਕ ਵਾਰੀ ਤੁਰਦਿਆਂ ਤੁਰਦਿਆਂ ਨਾ ਜੀ ਉਹਨੂੰ ਕੰਡਾ ਚੁਬਿਆ ਜੀ ਤੇ ਉਹ ਹੁਣ ਕੰਡਾ ਕੱਢਣ ਕੱਢਣ ਲੱਗਾ ਜੀ ਤੇ ਕੰਨਾਂ ਤੋਂ ਹੱਥ ਚੁੱਕ ਲੇ ਤੇ ਕੰਦਾ ਕੰਡਾ ਕੱਢ ਰਿਹਾ ਸੀ ਤੇ ਮੰਦਰ 'ਚ ਹੋ ਰਹੀ ਸੀ ਕਥਾ ਤੇ ਕਥਾ ਕਰਨ ਵਾਲੇ ਨੇ ਕਥਾ ਕਰਦਿਆਂ ਕਿਹਾ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਉਹਨੇ ਇਹ ਗੱਲ ਸੁਣ ਲਈ ਜੀ ਛੇ ਕੰਡਾ ਕੱਢ ਕੇ ਛੇਤੀ ਹੱਥ ਰੱਖਦਾ ਅਗਲੀ ਗੱਲ ਉਹ ਨਹੀਂ ਸੁਣੀ ਜੀ ਹੁਣ ਪਹਿਲੀ ਵਾਰੀ ਮੰਦਿਰ ਚ ਉਹਨੇ ਕਥਾ ਸੁਣੀ ਇਹ ਗੱਲ ਉਹਦੇ ਮਨ ਚ ਵਸ ਗਈ ਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਜੀ ਇੱਕ ਵਾਰੀ ਉਹ ਕਿਤੇ ਰਾਜੇ ਦੇ ਮਹਿਲ ਚ ਚੋਰੀ ਕਰਨ ਗਿਆ ਜੀ ਹਾਂਜੀ ਨਾਲ ਹੋਰ ਵੀ ਬੰਦੇ ਸੀਗੇ ਜੀ ਤੇ ਸ਼ੱਕ ਦੇ ਵਿਆਹ ਤੇ ਨਾ ਜੀ ਸ਼ੱਕ ਦੇ ਵਿਆਹ ਤੇ ਰਾ ਚੋਰੀ ਉਹਨਾਂ ਨੇ ਕਰ ਲਈਦੀ ਉਹਨੂੰ ਫੜ ਲਿਆ ਜੀ ਬੰਦੇ ਨੂੰ ਜੀ ਸ਼ੱਕ ਦੇ ਭਿਆਬ ਤੇ ਹਾਂਜੀ ਉਹ ਮੰਨੇ ਨਾ ਰਾਜਾ ਕਵੇ ਮਨਾਉਣਾ ਤੇ ਇੱਕ ਬੀਬੀ ਨਾਲ ਦੀ ਇੱਕ ਬੀਬੀ ਦੇਵੀ ਮਾਤਾ ਬਣ ਕੇ ਅੱਧੀ ਰਾਤ ਉਹਰੇ ਸਾਹਮਣੇ ਗਈ ਦੀ ਦੇਵੀ ਮਾਤਾ ਬਣ ਕੇ ਵੀ ਤੈਨੂੰ ਚੋਰੀ ਕਰਦੇ ਹੋਏ ਮੈਂ ਵੇਖਿਆ ਤੂੰ ਮੰਨ ਜਾ ਹਾਂਜੀ ਹਣੋਂ ਨੇ ਮੰਦਰ ਚੋਂ ਕਥਾ ਸੁਣੀ ਹੀ ਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਉਹ ਕਹਿੰਦਾ ਵੀ ਮੈਂ ਪਹਿਲਾਂ ਵੇਖਾਂ ਵੀ ਪਰਛਾਵਾ ਤਾਂ ਨਹੀਂ ਹੈਗਾ ਉਹਦਾ ਪਰਛਾਵਾ ਹੀ ਕਹਿੰਦਾ ਭੱਜ ਜਾ ਇੱਥੋਂ ਤੂੰ ਦੇਵੀ ਨਹੀਂ ਹੈਗੀ ਕਹਿਣ ਲੱਗਾ ਤੂੰ ਪਖੰਡ ਕਰ ਰਹੀ ਹੈ ਮੈਨੂੰ ਫਸਾਉਣਾ ਤੂੰ ਤੂੰ ਦੇਵੀ ਨਹੀਂ ਹੈਗੀ ਭਜਾ ਦਿੱਤਾ ਜੀ ਉਹਨੇ ਜੀ ਉਹਨੂੰ ਹਾਂ ਜੀ ਫੇਰ ਉਹਨੂੰ ਮਹਿਸੂਸ ਹੋਇਆ ਇੰਨੀ ਗੱਲ ਮੈਂ ਸੁਣੀ ਦੇਵਤਿਆਂ ਦੇ ਪਰ ਛਾਵੇਂ ਨਹੀਂ ਹੁੰਦੇ ਮੇਰਾ ਕਿੰਨਾ ਭਲਾ ਆ ਮੈਂ ਅੱਜ ਮਰਨੋਂ ਬਚ ਗਿਆ ਤੇ ਜੇ ਮੈਂ ਰੋਜ਼ ਕਥਾ ਸੁਣਿਆ ਕਰਾਂ ਤੇ ਮੈਨੂੰ ਕਿੰਨਾ ਫਾਇਦਾ ਹੋਵੇ ਜੀ ਉਹਨੇ ਆਪਣੀ ਮਾਂ ਨੂੰ ਕਿਹਾ ਮਾਂ ਜੇ ਤੇ ਮੈਂ ਤੇਰੀ ਸਿੱਖਿਆ ਤੇ ਅਮਲ ਕਰਦਾ ਤੇ ਮੈਂ ਮਰ ਜਾਣਾ ਸੀਗਾ ਅੱਜ ਮੈਂ ਦੇਵੀ ਨੂੰ ਦੱਸ ਬੈਣਾ ਸੀਗਾ ਤੇ ਦੇਵੀ ਤਾਂ ਹੈ ਹੀ ਨਹੀਂ ਉਹ ਤੇ ਮੰਦਰ ਚੋਂ ਮੈਂ ਕਥਾ ਸੁਣੀ ਸੀ ਉਹ ਨੇ ਮੇਰਾ ਫਾਇਦਾ ਕੀਤਾ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਰੂਚੀ ਨਾਲ ਸੁਣੇ ਰੂਚੀ ਨਾਲ ਜਿਹੜੀ ਗੱਲ ਗੁਰੂ ਸਿਧਾਂਤ ਦੇ ਉਲਟ ਹੈਗੀ ਉਹਨੂੰ ਛੱਡ ਦਵੇ ਜੀ ਉਹਨੂੰ ਆਪਣੇ ਵਾਂਚਨਾ ਰੱਖੇ ਕਥਾ ਕਰਦੇ ਆ ਆ ਜਾਂਦੀਆਂ ਕਈ ਗੱਲਾਂ ਹਾਂਜੀ ਤੁਸੀਂ ਕਹੋਗੇ ਲੋ ਦੇਵੀ ਦੀ ਗੱਲ ਕੀਤੀ ਵਿੱਚੋਂ ਭਾਵ ਲਵੇ ਵੀ ਕਥਾ ਸੁਣਨ ਦਾ ਫਾਇਦਾ ਹੈਗਾ ਜੀ ਵਿਚੋਂ ਭਾਵ ਲਵੇ ਜੀ ਹਾਂਜੀ ਤਰੋ ਦਸ਼ਮੋ ਤਨ ਮੈਂ ਸੁੱਚ ਧਰੈ ਤੇ ਮਹਾਰਾਜ ਫਿਰ ਕਥਾ ਸੁਣਨ ਵਾਲੇ ਦਾ ਇਹ ਵੀ ਗੁਣ ਦੱਸਦੇ ਤੇ ਸੁਣਿਓ ਧਿਆਨ ਨਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਫਿਰ ਕਹੋ ਵਾਹਿਗੁਰੂ ਵਾਹਿਗੁਰੂ ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਥਾ ਸੁਣਨ ਵਾਲਾ ਸੁੱਚਤਾ ਵੀ ਰੱਖਦਾ ਹੋਵੇ ਜੀ ਏ ਨਹੀਂ ਬੇ ਗੰਦਾ ਮੰਦਾ ਬਣਿਆ ਮੈਲਾ ਬਣਿਆ ਜੋ ਝੂਠ ਮੀਠ ਸਭ ਸ਼ਕੀਦਾਨੀ ਜੀ ਤੇ ਫਿਰ ਪਤਾ ਕੀ ਹੁੰਦਾ ਜੀ ਕਥਾ ਤੇ ਸੁਣਦਾ ਪਰ ਅਸਰ ਨਹੀਂ ਹੁੰਦਾ ਜੀ ਫਿਰ ਜੀ ਥੋੜੀ ਸਚਤਾ ਰੱਖੇ ਪਵਿੱਤਰਤਾ ਰੱਖੇ ਸਾਫ਼ ਸਥਰੇ ਬਸਤਰ ਰੱਖੇ ਹਰ ਮੈਲੀ ਚੀਜ਼ ਨੂੰ ਹੱਥ ਨਾ ਲਾਵੇ ਛਕਣ ਵਾਲੀ ਚੀਜ਼ ਦਾ ਧਿਆਨ ਰੱਖੇ ਆਪਣੇ ਤਨ ਦੀ ਸਫਾਈ ਰੱਖੇ ਇਹਨੂੰ ਸਚਤਾ ਕਹਿੰਦੇ ਆ ਜੀ ਸ਼ਕਨ ਸ਼ਕਾਉਣ ਵਿੱਚ ਵੀ ਸੁੱਚਤਾ ਰੱਖੇ ਜੀ ਹਾਂਜੀ 14. ਨਹ ਕਰੇ ਪਖੰਡ ਤੇ 14. ਭਾਵ 14ਵਾਂ ਗੁਣ ਇਹ ਹੈ ਵੀ ਕਥਾ ਸੁਣਨ ਵਾਲਾ ਪਖੰਡ ਨਾ ਕਰੇ ਜੀ ਪਖੰਡ ਨਾ ਕਰੇ ਵੀ ਮੈਂ ਬੜਾ ਵੱਡਾ ਧਾਰਮਿਕ ਹੈਗਾ ਹਾਂ ਨਿਮਰਤਾ ਧਾਰਨ ਕਰੇ ਜੀ ਨਿਮਰਤਾ ਧਾਰਨ ਕਰੇ ਨਿਮਰਤਾ ਧਾਰਨ ਕਰਕੇ ਸੁਣੇ ਕਥਾ ਕਥਾ ਸਿੱਧੀ ਮਨ ਚ ਵਸਦੀ ਜਾਏਗੀ ਜੀ ਹਾਂਜੀ ਮਨ ਕੋ ਲਾਵਹਿ ਸੁਨੇ ਅਖੰਡ ਕਹਿ ਲੱਗੇ ਮਨ ਤੇ ਕੰਟਰੋਲ ਕਰਨਾ ਜਾਣਦਾ ਹੋਵੇ ਜੀ ਹੁਣ ਕਥਾ ਸੁਣਦੇ ਜੀ ਹਾਂਜੀ ਮਨ ਬਾਹਰ ਜਾ ਰਿਹਾ ਜੀ ਤੇ ਮਨ ਨੂੰ ਕਹਿਣਾ ਨਹੀਂ ਨਹੀਂ ਉਹ ਗੱਲ ਨਹੀਂ ਸੋਚਣੀ ਕਥਾ ਸੁਣਾ ਬਾਣੀ ਸੁਣਾ ਸੁਣਨਾ ਬੜਾ ਔਖਾ ਹੈਗਾ ਸਾਧ ਸੰਗਤ ਜੀ ਸੁਣਨਾ ਔਖਾ ਹੈਗਾ ساری ਰਾਤ ਮੇਰੇ ਕੋਲੋਂ ਕਥਾ ਕਰਾਈ ਚੱਲੋ ਸੁਣੀ ਮੇਰੇ ਕੋਲੋਂ ਵੀ ਨਹੀਂ ਜਾਂਦੀ ਜੀ ਹਾਂ ਜੀ ਸੁਣਨਾ ਬਹੁਤ ਔਖਾ ਹੈਗਾ ਜੀ ਤੇ ਬਾਣੀ ਚ ਸਤਿਪਾਸ਼ਾ ਨੇ ਸੁਣਨ ਦਾ ਮਹਤਮ ਬਹੁਤ ਲਿਖਿਆ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਵ ਤਵ ਅਕਾਸ਼ ਇਹਦਾ ਭਾਵ ਇਹਦੇ ਬੜੇ ਅਰਥ ਨੇ ਜੀ ਇੱਕ ਪੰਕਤੀ ਦੇ ਜੀ ਦੋ ਕੁ ਅਰਥ ਮੈਂ ਦੱਸ ਦੇਣਾ ਬੇਨਤੀ ਕਰਦਾ ਸੁਣਿਆ ਸਿੱਧ ਪੀਰ ਸੁਰਨਾਥ ਕਹਿੰਦੇ ਆ ਕੰਨਾਂ ਤੋਂ ਸੁਣਿਆ ਤੇ ਪਤਾ ਲੱਗਾ ਵੀ ਇਹ ਸਿੱਧ ਹੈ ਇਹ ਪੀਰ ਹੈ ਇਹ ਦੇਵਤਾ ਤੇ 나ਥ ਹੈ ਜੀ ਸੁਣਿਆ ਹੀ ਪਤਾ ਲੱਗਾ ਸ਼ਬਦਾਂ ਵਿੱਚ ਤੇ ਸੁਣਨ 'ਚ ਬੜੀ ਸ਼ਕਤੀ ਹੈ ਹੁਣੇ ਮੈਂ ਮੁੱਖੋਂ ਕਹਾ ਗਾ ਤੇ ਪਿਆਰਿਓ ਜਦੋਂ ਤੁਸੀਂ ਸੁਣਿਆ ਮੈਂ ਬੋਲਿਆ ਤੁਸੀਂ ਸੁਣਿਆ ਤੇ ਅੱਖਾਂ ਅੱਗੇ ਗਾ ਦਾ ਧਿਆਨ ਆ ਜਾਂਦਾ ਹੈ ਜੀ ਹਾਂਜੀ ਮੈਂ ਕਹਾਂ ਗੱਡੀ ਦਾ ਨਾਮ ਲਾਵਾਂ ਫੋਰਚੂਨਰ ਤੁਹਾਡੀਆਂ ਅੱਖਾਂ 'ਚ ਆ ਜਾਣੀ ਦੀ ਉਹਦੀ ਹਾਂਜੀ ਸੁਣਨ ਤੋਂ ਹੀ ਪਤਾ ਲੱਗਦਾ ਨਾ ਜੀ ਇਹ ਸ਼ਕਤੀ ਹੈ ਸੈਂਸ ਹੈ ਉਸੇ ਵੇਲੇ ਸੁਰਤ ਉੱਧਰ ਜਾਂਦੀ ਹੈ ਕਹਿੰਦੇ ਸੁਣਨ ਤੋਂ ਪਤਾ ਲੱਗਾ ਆ ਸਿੱਧ ਹੈ ਇਸ ਦੇਵਤਾ ਇਹ ਨਾਥ ਹੈ ਇਹ ਪੀਰ ਹੈ ਹੁਣ ਮੈਂ ਅੱਖਾਂ ਪੀਰ ਤੁਹਾਡਾ ਧਿਆਨ ਉਸੇਲੇ ਹਰੇ ਕੱਪੜੇ ਪਾਏ ਹੋਏ ਇੱਕ ਵਿਅਕਤੀ ਵੱਲ ਚਲੇ ਜਾਣਾ ਹੈ ਪੀਰ ਹੈ ਨਾ ਸਿੱਧ ਆਖਿਆ ਜਟਾਵਾਂ ਵਾਲੇ ਸਿੱਧ ਸਾਹਮਣੇ ਆ ਜਾਂਦੇ ਸੁਣਨ ਨਾਲ ਹੀ ਪਤਾ ਲੱਗਦਾ ਸੁਣਿਆ ਸਿੱਧ ਪੀਰ ਥੁਰਨਾਥ ਸੁਣਿਆ ਹੀ ਪਤਾ ਲੱਗਦਾ ਦੂਜਾ ਅਰਥ ਇਸ ਪੰਕਤੀ ਦਾ ਹੋਰ ਹੈ ਉਹ ਸੁਣੋ ਉਹ ਇਹ ਹੈ ਕਿ ਸਿੱਧ ਪੀਰ ਸੁਰਨਾਥ ਇਹ ਸਾਰੇ ਪਰਮੇਸ਼ਰ ਦਾ ਨਾਮ ਸੁਣ-ਸੁਣ ਕੇ ਹੀ ਸਿੱਧ ਪੀਰ ਬਣੇ ਨੇ ਇਹਨਾਂ ਨਾਮ ਨੂੰ ਸੁਣਿਆ ਫਿਰ ਸਿੱਧ ਪੀਰ ਬਣੇ ਮਾਦਾ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦੁੱਖ ਪਾਪ ਕਾ ਨਾਸ ਸੁਣਨ ਦਾ ਬੜਾ ਹੀ ਵੱਡਾ ਮਹਾਤਮ ਹੈਗਾ ਸੰਗਤ ਜੀ ਸੁਣਨ ਦਾ ਬਹੁਤ ਵੱਡਾ ਮਹਾਤਮ ਹੈਗਾ ਕਈ ਸਾਲ ਇੱਕ ਰਸ ਬੰਦਾ ਬੰਦਗੀ ਕਰੇ ਤੇ ਫਿਰ ਜਾ ਕੇ ਸੁਣਨ ਦੀ ਆਦਤ ਬਣਦੀ ਬੰਦੇ ਦੀ ਜੀ ਹਾਂਜੀ ਕਿਵੇਂ ਆਦਤ ਬਣਦੀ ਜੀ ਫਿਰ ਭਾਵੇਂ ਕਾਂ ਵੀ ਕਾਂ ਕਾਂ ਕਰਦਾ ਤੇ ਉਹਦੇ ਤੋਂ ਵੀ ਨਾਮ ਸੁਣਦਾ ਬੰਦੇ ਨੂੰ ਦੀ। ਉਹਰੇ ਤੋਂ ਵੀ ਭਜਨ ਸੁਣਦਾ, ਉਹਦੇ ਤੋਂ ਵੀ ਵਾਹਿਗੁਰੂ ਦਾ ਨਾਮ ਸੁਣਦਾ ਜੀ। ਕਈ ਸਾਲ ਦੀ ਮਿਹਨਤ ਤੋਂ ਬਾਅਦ ਐਸੀ ਗੱਲ ਬਣਦੀ ਈ। ਹਾਂਜੀ। ਏਮ শ্রোਤਾ ਬਖਤਾ ਜੋ ਹੋਵੇ। ਮਹਾਰਾਜ ਕਹਿਣ ਲੱਗੇ ਫਿਰ ਇਹੋ ਜਿਹਾ ਸੁਣਨ ਵਾਲਾ ਹੋਵੇ ਤਾਂ ਉਹੋ ਜਿਹਾ ਬਖਤਾ ਹੋਵੇ ਜੀ। ਬਖਤਾ ਸੰਤੋਖੀ ਹੋਵੇ, ਲਾਲਚੀ ਨਾ ਹੋਵੇ, ਲੋਭੀ ਨਾ ਹੋਵੇ। ਕਰਨ ਵਾਲੇ ਤੇ ਸੁਣਨ ਵਾਲੇ ਦੇ ਵਿੱਚ ਦੋਵਾਂ ਵਿੱਚ ਗੁਰੂ ਆਰਬਿੰਦ ਸਾਹਿਬ ਕਹਿੰਦੇ 14 14 ਗੁਣ ਹੋਣ। ਪ੍ਰਾਪਤ ਹੋਤ ਗਿਆਨ ਕੋ ਦੋਏ। ਫਿਰ ਉਹਨਾਂ ਦੋਵਾਂ ਨੂੰ ਗਿਆਨ ਪ੍ਰਾਪਤ ਹੁੰਦਾ ਕਹਿਣ ਲੱਗੇ। ਗਿਆਨ ਮਿਲਦਾ ਉਹਨਾਂ ਨੂੰ। ਹਾਂਜੀ ਤੇ ਜੇ ਕਥਾ ਸੁਣਨ ਵਾਲਾ ਨੀਂਦਾਈ ਐ, ਆਲਸ ਆਇਆ ਤੇ ਫਿਰ ਸਾਧ ਸੰਗਤ ਦੀ ਗਿਆਨ ਕਿੱਥੋਂ ਆਣੀ? ਕਥਾ ਸੁਣਨ ਵਾਲੇ ਵਿੱਚ ਹਉਮੈ ਹੈਗੀ ਹੈ ਹੰਕਾਰ ਹੈਗਾ ਫਿਰ ਗਿਆਨ ਕਿੱਥੋਂ ਤਰਾਪਤ ਹੋਣਾ ਜੀ ਤੇ ਵਾਇਰਲੂ ਮੇਰ ਕਰੇ ਸੁਣਨ ਤੇ ਕਥਾ ਡਿਆ ਤੇ ਚੱਲਣ ਫੇਸਬੁੱਕ ਡਈਆ ਫਿਰ ਕਿੱਥੋਂ ਗਿਆਨ ਹੋਣਾ ਜੀ ਹਾਂਜੀ ਫਿਰ ਨਹੀਂ ਗਿਆਨ ਹੋਣਾ ਜੀ ਫੇ ਤਾਂ ਪੂਰਾ ਕੰਨ ਲਾ ਕੇ ਸੁਣੇਗਾ بار بار ਵਿਚਾਰੇਗਾ ਫਿਰ ਗਿਆਨ ਹੋਣਾ ਇਹ ਕਮਾਈ ਕਰਨੀ ਪੈਂਦੀ ਹੈ ਜੀ ਧਿਆਨ ਦੇਣਾ ਪੈਂਦਾ ਹੈ ਜੀ ਬਿਨਾ ਧਿਆਨ ਦਿੱਤਿਆਂ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਜੀ ਇੱਡਾ ਵੱਡਾ ਰੱਬ ਦੇ ਘਰ ਦਾ ਕੰਮ ਕਿਵੇਂ ਉਹ ਦੇਗਾ ਜੀ ਹਾਂਜੀ ਇਹ ਲੱਛਣ ਜੋ ਕਹੇ ਬਣਾਏ ਸਿੱਖ ਨਿਹਾਲੂ ਬਖੈ ਸੋ ਪਾਏ ਮਹਾਰਾ ਜੀ ਇਹ ਜਿਹੜੇ ਤੁਹਾਡੇ ਵਿੱਚ ਵਾਹਿਗੁਰੂ ਜਿਹੜੇ 14 ਗੁਣ ਕਥਾ ਕਰਨ ਵਾਲੇ ਦੇ ਕਹੇ ਹਨ ਇਹ ਭਾਈ ਨਿਹਾਲੂ ਦੇ ਵਿੱਚ ਹੈਗੇ ਕਹਿਣ ਲੱਗੇ ਹਾਂਜੀ ਤੇਸ ਕੀ ਸੰਗਤ ਕਰੋ ਹਮੇਸ਼ ਮਹਾਰਾਜ ਕਹਿੰਦੇ ਜਿਹੜੇ ਚ ਕਥਾ ਕਰਨ ਵਾਲੇ ਚ 14 ਗੁਣ ਹੋਣ ਨਾ ਉਹਦੀ ਸੰਗਤ ਕਰਿਆ ਕਰੋ ਕਹਿਣ ਲੱਗੇ ਉਹਦੀ ਸੰਗਤ ਕਰਿਆ ਕਰੋ ਕਦੋਂ ਹਮੇਸ਼ਾ ਹੀ ਕਰਿਆ ਕਰੋ ਜੀ ਹਾਂਜੀ ਹੋਏ ਤੁਮ ਮਹ ਗੁਣ ਬ੍ਰਿੰਦਵਿਸ਼ੇਖ ਜੀ ਮਹਾਰਾਜ ਕਹਿਣ ਲੱਗੇ ਗੁਣੀਆਂ ਦੀ ਸੰਗਤ ਕਰੋਗੇ ਤੁਹਾਡੇ ਚ ਵੀ ਗੋਣ ਆਉਣਗੇ ਜੀ ਬਾਣੀ ਚ ਲਿਖਿਆ ਉਤਮ ਸੰਗਤ ਉਤਮ ਹੋਵਾਂ ਤੁਸੀਂ ਸੰਗਤ ਕਰੋਗੇ ਤੁਹਾਡੇ 'ਚ ਵੀ ਉਹ ਗੁਣ ਆਉਣਗੇ ਕਥਾ ਸੁਣਨੀ ਹੈ ਤੇ ਕਿਵੇਂ ਸਾਵਧਾਨ ਹੋਣਾ ਇਹ ਤੁਹਾਡੇ 'ਚ ਗੁਣ ਆਉਣਗੇ ਹਾਂਜੀ ਸੁਣਹੁ ਕਥਾ ਤੇ ਮੁਖਤੇ ਨੀਕੀ ਮਹਾਰਾਹ ਕਹਿਣ ਲੱਗੇ ਭਾਈ ਨਿਬਲੂ ਦੇ ਮੁਖੋਂ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਸੋਹਣੀ ਕਥਾ ਸੁਣਿਆ ਕਰੋ ਕਿਉਂ ਨਾ ਸ਼੍ਰੇ ਹੋਏ ਤੁਮਰੇ ਜੀ ਕੀ ਮਹਾਰਾਜ ਕਹਿੰਦੇ ਜਿਹੜਾ ਆਪ ਜਪਦਾ ਕਥਾ ਕਰਦਾ ਕਥਾ ਸੁਣਦਿਆਂ ਸੁਣਦਿਆਂ ਕਿਉਂ ਨਹੀਂ ਤੁਹਾਡਾ ਭਲਾ ਹੋਏਗਾ ਜੀ ਕੱਲ ਵੀ ਬੇਨਤੀ ਕੀਤੀ ਸੀ ਅੱਜ ਫੇਰ ਕਰਦਾ ਕੱਲ ਮਹਾਰਾਜ ਦਾ ਸ਼ੀਧੀ ਦੇਣ ਸੀ ਗੁਰੂ ਤੇਗ ਬਹਾਦਰ ਸਾਹਿਬ ਕਮਾਲ ਕਰ ਗਏ ਜੀ ਮਹਾਰਾਜ ਇੱਕ ਸ਼ਲੋਕ ਚ ਕਹਿੰਦੇ ਆ ਕਹਿੰਦੇ ਕੁਝ ਨਾ ਕਰੋ बस जीव ਤੋਂ ਵਾਹਿਗੁਰੂ ਬੋਲ ਕੇ ਕੰਨਾਂ ਤੋਂ ਸੁਣੀ ਜਾਵੋ ਜਮਾਂ ਦੇ ਘਰ ਨਹੀਂ ਜਾਓਗੇ ਜੀ ਜਹਿਬਾ ਗੁਣੋ ਗੋਬਿੰਦ ਪਜੋ ਕਰਨ ਸੁਣੋ ਹਰ ਨਾਮ ਕੰਨਾਂ ਨਾਲ ਧਿਆਨ ਨਾਲ ਸੁਣੋ ਗੁਰੂ ਤੇਗ ਬਹਾਦਰ ਸਾਹਿਬ ਲਿਖ ਕੇ ਦੇ ਕੇ ਗਏ ਆ ਜਮਾਂ ਦੇ ਘਰ ਨਹੀਂ ਜਾਓਗੇ ਮਹਾਰਾਜ ਕਹਿੰਦੇ ਹਾਂਜੀ ਸ੍ਰੀ ਮੁਖਤੇ ਸੁਣ ਸਭ ਹਰ ਖਾਏ ਜਦੋਂ ਮਹਾਰਾਜ ਜੀ ਦੇ ਕੋਲੋਂ ਫਿਰ 14 14 ਗੁਣ ਸੁਣੇ ਤੇ ਸਾਰੀਆਂ ਸੰਗਤਾਂ ਬਹੁਤ ਖੁਸ਼ ਹੋਈ ਜਾਂਦੀ ਧਾਰਨ ਕੀਨੇ ਗੁਣ ਸਮਦਾਏ ਤੇ ਸੰਗਤਾਂ ਨੇ ਵੀ ਫਿਰ ਗੁਣ ਧਾਰਨ ਕੀਤੇ ਜੀ ਕਥਾ ਸੁਣਨ ਵਾਲਿਆਂ ਨੇ ਵੀ ਲਓ ਹੁਣ ਮੈਂ ਤੁਹਾਨੂੰ ਪੁੱਛਦਾ ਤੁਸੀਂ ਹੁਣੇ ਗੁਣ ਸੁਣੇ ਆ ਕਈਆਂ ਨੇ ਇੱਕ ਦੋ ਗੁਣ ਦੱਸੋ ਮੈਨੂੰ ਜੀ ਕਥਾ ਸੁਣਨ ਵਾਲਿਆਂ ਚ ਕਿਹੜਾ ਗੁਣ ਹੋਣਾ ਚਾਹੀਦਾ ਜੀ ਹੈ ਨਹੀਂ ਇੰਦ ਨਹੀਂ ਆਉਣੀ ਚਾਹੀਦੀ ਆਖੋ ਵਾਹਿਗੁਰੂ ਇਹ ਤਾਂ ਚੇਤਾ ਵੀ ਬਫਤਿਆਂ ਨੂੰ ਆ ਜਾਂਦੀ ਐ ਸਾਰੀ ਦਿਹਾੜੀ ਦੇ ਥੱਕੇ ਹੁੰਦੇ ਨਾ ਜੀ ਤੇ ਫਿਰ ਕੀ ਕਰਨ ਕਥਾ ਸੁਣਦਿਆਂ ਸੁੱਖ ਮਿਲਦਾ ਮਨ ਨੂੰ ਤੇ ਨੀਂਦ ਆਉਣ ਲੱਗ ਪੈਂਦੀ ਜੀ ਉਹ ਮੈਨੂੰ ਇੱਕ ਪ੍ਰੇਮੀ ਬਾਹਰੋਂ ਕਹਿਣ ਲੱਗਾ ਕਹਿਣ ਲੱਗਾ ਵੀ ਮੈਂ ਮੈਂ ਰਾਤ ਸੌਣਾ ਹੁੰਦਾ ਨਾ ਜਦੋਂ ਉਦੋਂ ਤੁਹਾਡੀ ਕਥਾ ਲਾ ਲੈਣਾ ਬੜੀ ਵਧੀਆ ਨੀਂਦ ਆਉਂਦੀ ਕਹਿੰਦਾ ਆਹ ਕੋ ਵਾਹ ਗੁਰ ਵਾਹ ਗੁਰ ਕਹਿੰਦਾ ਬੜੀ ਵਧੀਆ ਨੀਂਦ ਆਉਂਦੀ ਚੇ ਉਹ ਬੜੇ ਫਕਰ ਨਾਲ ਮੈਨੂੰ ਦੱਸਿਆ ਤੇ ਮੈਂ ਵੀ ਚੌੜਾ ਹਾਂ ਮੈਂ ਕਿਹਾ ਹਾਂ ਹਾਂ ਕਥਾ ਸੁਣਿਆ ਸੁੱਖ ਜੂ ਮਿਲਦਾ ਤਾਂ ਤੈਨੂੰ نیند ਆਉਂਦੀ ਹੈ ਚਲੋ ਇਹ ਵੀ ਚੰਗੀ ਗੱਲ ਹੈ ਉਹਨੂੰ ਕਥਾ ਸੁਣਦਿਆਂ نیند ਆਉਂਦੀ ਚ ਨਹੀਂ ਤੇ ਨੌਜਵਾਨ ਬੱਚੇ ਗਾਣੇ ਲਾ ਲਾ ਕੇ ਸੌਂਦੇ ਫਿਰ نیند ਆਉਂਦੀ ਨਹੀਂ ਉਹਨਾਂ ਨੂੰ ਇਹ ਵੀ ਰੱਬ ਦੀ ਮਿਹਰ ਚਲੋ ਇੱਕ ਗੁਣ ਹੋ ਗਿਆ ਵੀ ਕਥਾ ਸੁਣਨ ਵਾਲੇ ਨੂੰ ਨੀਂਦ ਨਹੀਂ ਆਉਣੀ ਚਾਹੀਦੀ ਦੂਜਾ ਗੁਣ ਦੱਸੋ ਛੇਤੀ ਹਾਂ ਸੁਣਾਉਣ ਵਾਲੇ ਤੇ ਪਰੋ ਸਾਵਣਾ ਚਾਹੀਦਾ ਗੱਜ ਕੇ ਆਖੋ ਵਾਹਿਗੁਰੂ ਵੀ ਇਹ ਠੀਕ ਬੋਲ ਰਿਹਾ ਜੀ ਮਾਨੀ ਸ਼ੰਕਾ ਵਿੱਚ ਪਿਆ ਤਾਂ ਕਿੱਥੋਂ ਗੱਲ ਬਣੇਗੀ ਮਾਨੀ ਸ਼ੰਕਾ ਚ ਪਿਆ ਰਿਆ ਤਾਂ ਕਿਵੇਂ ਗੱਲ ਬਣੇਗੀ ਅਗਲਾ ਗੁਣ ਦੱਸੋ ਛੇਤੀ ਹਾਂ ਕਥਾ ਸੁਣਨ ਵਾਲੇ ਨੂੰ ਹਉਮੈ ਨਹੀਂ ਹੋਣੀ ਚਾਹੀਦੀ ਹੰਕਾਰ ਨਹੀਂ ਹੋਣਾ ਚਾਹੀਦਾ ਵੀ ਲਓ ਜੀ ਲਓ ਮੈਂ ਹੀ ਹੈਗਾ ਜੀ ਇਹਨੂੰ ਤਾਂ ਪਤਾ ਹੀ ਕੱਖ ਨਹੀਂ ਹੈਗਾ ਜੀ ਤਿੰਨ ਹੋ ਗਿਆ ਜੀ ਤੇ ਪੰਜ ਤੁਸੀਂ ਦੱਸਣਾ ਜੀ ਹਾਂਜੀ ਉੱਚੀ ਬੋਲੋ ਮੈਨੂੰ ਇੱਥੋਂ ਤੱਕ ਆਵਾਜ਼ ਹੀ ਨਹੀਂ ਆਉਂਦੀ ਜੀ ਵੰਡ ਕੇ ਖਾਣਾ ਚਾਹੀਦਾ ਜੀ ਕਥਾ ਸੁਣਨ ਵਾਲੇ ਤੇ ਵੀ ਗੁਣ ਹੋਣਾ ਚਾਹੀਦਾ ਚਾਰ ਹੋਗੇ ਜੀ ਨਿਮਰਤਾ ਨਾਲ ਸੁਣਨੀ ਚਾਹੀਦੀ ਹੈ ਉਹ ਤੇ ਹੋ ਗਿਆ ਨਾ ਜੀ ਉਹ ਮੈਨੀਆਂ ਗਈ ਜੀ ਹੰਕਾਰ ਨਹੀਂ ਕਰਨਾ ਇੱਕ ਗੁਣ ਦੱਸੋ ਵਧੀਆ ਜਾਂ ਜਿਹੜਾ ਸੁਣਿਆ ਹਾਂ ਗੱਦ ਕੇ ਆਖੋ ਵਾਹਿਗੁਰੂ ਸਚਤਾ ਵੀ ਰੱਖਣੀ ਚਾਹੀਦੀ ਹੈ ਜੀ ਹਾਂਜੀ ਕਥਾ ਸੁਣਨ ਵਾਲਾ ਸੁੱਚਤਾ ਰੱਖੇ ਜੀ ਐਵੇਂ ਨਹੀਂ ਵੀ ਹਰ ਵੇਲੇ ਗੰਦਗੇ ਦਾ ਰੂਪ ਬਣਿਆ ਰਵੇ ਜੀ ਹਾਂਜੀ ਤੇ ਫਿਰ ਇੱਕ ਹੱਥ ਵੀ ਧੋ ਕੇ ਆਇਆ ਕਰੋ ਤੇ ਪੈਰ ਵੀ ਧੋ ਕੇ ਆਇਆ ਕਰੋ ਭਾਈ ਤਨਵੰਦ ਸਿੰਘ ਮੈਨੂੰ ਕੰਨ 'ਚ ਕਹਿੰਦਾ ਇਹਦੇ ਉਹ ਅਸਾਮ 'ਚ ਠੰਡ ਆ ਗਈ ਨਾ ਜੀ ਤੇ ਜਰਾਬਾਂ ਲਾਉਣ ਦਾ ਜੀ ਨਹੀਂ ਕਰਦਾ ਜੀ ਹਾਂਜੀ ਪਰ ਜਰਾਬਾਂ ਜਿਹੜੀਆਂ ਨਾ ਜੀ ਇਹ ਬੂਟਾਂ ਨਾਲੋਂ ਵੀ ਭੈੜੀਆਂ ਹੁੰਦੀਆਂ ਜੀ ਜੀ ਹਾਂ ਜੀ ਪੈਰਾਂ ਦਾ ਪਸੀਨਾ ਲੱਗਿਆ ਹੁੰਦਾ ਬੁਰੇ ਹਾਲ ਹੋਏ ਹੁੰਦੇ ਹੱਥ ਧੋ ਕੇ ਪੈਰ ਧੋ ਕੇ ਐ ਸਾਵਧਾਨ ਹੋ ਕੇ ਬੈਠਿਆ ਕਰੋ ਫੇਰ ਕਥਾ ਦਾ ਹੈਗਾ ਇੱਕ ਗੁਣ ਹੋਰ ਦੱਸੋ ਪਖੰਡੀ ਨਹੀਂ ਹੋਣਾ ਚਾਹੀਦਾ ਆਖੋ ਵਾਹਿਗੁਰੂ ਪਖੰਡ ਵਾਲਾ ਨਹੀਂ ਹੋਣਾ ਚਾਹੀਦਾ ਜੀ ਹਾਂ ਜੀ ਪਖੰਡ ਵਾਲਾ ਨਹੀਂ ਹੋਣਾ ਚਾਹੀਦਾ ਕਈ ਐਸਾ ਹੀ ਕਰਦੇ ਜੀ ਹੋਰ ਹੀ ਤਰ੍ਹਾਂ ਦੇ ਸਰੀਰ ਬਣਾਉਂਦੇ ਜਦੋਂ ਕਥਾ ਸੁਣਦੇ ਨਾ ਜੀ ਹੋਰ ਹੀ ਤਰ੍ਹਾਂ ਦੇ ਕਥਾ ਪੈਰਾਗ ਦੀ ਚੱਲ ਰਹੀ ਹੁੰਦੀ ਤਾਂ ਚੁੰਮਨ ਦੇ ਹੁੰਦੇ ਜੀ ਹਾਂਜੀ ਹੋਰ ਹੀ ਤਰ੍ਹਾਂ ਦੇ ਸਰੀਰ ਬਣਾਈ ਫਿਰਦੇ ਜੀ ਬੇ ਦੂਜੇ ਨੂੰ ਪਤਾ ਲੱਗੇ ਵੀ ਇਹ ਬੜਾ ਜੁੜ ਕੇ ਕਥਾ ਸੁਣ ਰਿਹਾ ਇਹ ਕੰਮ ਗਲਤ ਹੈਗਾ ਜੀ ਹੋਰ ਦੱਸੋ ਹਾਂ 14 ਗੁਣ ਨੇ 14 ਤਪੂਰੇ ਨਹੀਂ ਹੋਏ ਆਖੋ ਵਾਹੇ ਗੁਰੂ 14 ਗੁਣਤ ਨਹੀਂ ਪੂਰੇ ਹੋਏ ਜੀ ਆ ਜਾ ਜੀ ਆ ਭਾਈ ਜੀ ਬੜੇ ਧਿਆਨ ਨਾਲ ਸੁਣਦੇ ਇੱਥੋਂ ਪਤਾ ਲੱਗਦਾ ਵੀ ਕਿਹੜਾ ਸਰੋਤਾ ਹੈ ਕਾ ਜੀ ਆਖੋ ਆਗੇ ਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਗੋਬਿੰਦ ਸਾਹਿਬ ਕਹਿੰਦੇ ਐ ਕਥਾ ਸੁਣੇ ਤੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਇਹ ਗੱਲ ਮੈਂ ਇੱਥੇ ਅੜਿਆਂ ਤੇ ਪ੍ਰਸ਼ਨ ਪੁੱਛਣਾ ਚਾਹੀਦਾ ਇਹ ਪੁੱਛਦੇ ਜੀ ਬੜੇ ਜੀ ਇਹ ਪ੍ਰਸ਼ਨ ਬੜੇ ਪੁੱਛਦੇ ਜੀ ਇਹਨਾ ਸੋਚ ਜਾਣਾ ਵੀ ਇਹ ਗੁਣ ਮੇਰੇ 'ਚ ਹੈਗਾ ਹੈ ਚੰਗੀ ਗੱਲ ਹੈ ਜੀ ਸਰੋਤਿਆਂ 'ਚ ਗੁਣ ਹੋਣੇ ਚਾਹੀਦੇ ਆ ਹਾਂਜੀ ਆਪਣੀ ਚਤੁਰਾਈ ਕਥਾ ਕਰਨ ਵਾਲੇ ਤੇ ਨਾ ਥੋਪੇ ਜੀ ਇਹ ਵੀ ਗੋਣਾਗਾ ਜੀ ਕਥਾ ਸੁਣਨ ਵਾਲੇ ਦਾ ਨਾ ਜੀ ਆਪਣੀ ਚਤੁਰਾਈ ਨਾ ਥੋਪੇ ਵੀ ਮੇਰੇ ਅਨੁਸਾਰ ਕਥਾ ਕਰੋ ਜਿਵੇਂ ਮੈਂ ਕਹਿੰਨਾ ਹੋਵੇਂ ਕਰੋ ਹਾਂਜੀ ਇਹ ਤੇ ਕਥਾ ਕਰਨ ਵਾਲਾ ਸਿਆਣਾ ਮਹਾਰਾਜ ਕਹਿੰਦੇ ਉਹਨੂੰ ਆਪੇ ਹੀ ਪਤਾ ਲੱਗ ਜਾਣਾ ਵੀ ਇਹ ਕੀ ਸੁਣਨਾ ਚਾਹੁੰਦੇ ਆ ਜੀ ਹਾਂਜੀ ਬੰਦ ਖਾਵੇ ਤੇ ਗੁਰੂ ਦੇ ਸਿਧਾਂਤ ਨੂੰ ਜਾਣਦਾ ਹੋਵੇ ਜੀ ਤੇ ਇੱਕ ਹੋਰ ਦੱਸ ਦਿਓ ਫਿਰ ਅੱਗੇ ਪ੍ਰਸੰਗ ਤੋਰੀਏ ਜੀ ਹਾਂਜੀ ਚਲੋ ਮੈਂ ਦੱਸ ਦੇਣਾ ਆਖੋ ਵਾਹਿਗੁਰੂ ਵਾਹਿਗੁਰੂ ਕਥਾ ਸੁਣਦਿਆਂ ਸੁਣਦਿਆਂ ਜੇ ਕੋਈ ਗੱਲ ਆਵੇ ਗੁਰੂ ਸਾਹਿਬ ਜੀ ਦੀ ਐਸੀ ਮਹਾਰਾਜ ਦੇ ਸਿਧਾਂਤ ਦੀ ਤੇ ਸੁਣਨ ਵਾਲੇ ਨੂੰ ਲੱਗੇ ਵੀ ਇਹ ਮੇਰੇ ਚ ਔਗਣ ਹੈਗਾ ਉਹ ਛੱਡ ਦੇਣੀ ਚਾਹੀਦੀ ਹੈ ਜੀ ਉਹ ਔਗਣ ਛੱਡ ਦੇਣਾ ਚਾਹੀਦਾ ਕਥਾ ਨਹੀਂ ਵੀ ਕਥਾ ਹੀ ਛੱਡ ਦਿਓ ਇਹ ਕਥਾ ਨਹੀਂ ਸੁਣਨੀ ਉਹ ਗੁਣ ਛੱਡ ਦੇਣਾ ਚਾਹੀਦਾ ਜੀ ਉਹ ਗੁਣ ਛੱਡ ਦੇਣਾ ਚਾਹਦਾ ਕਈ ਫਿਰ ਕਥਾ ਹੀ ਛੱਡ ਦਿੰਦੇ ਜੀ ਸ਼ਬਦ ਨਹੀਂ ਸੁਣਦੇ ਜੀ ਉਹ ਇਹੋ ਜਿਹੇ ਕਥਾ ਨਹੀਂ ਸੁਣਦੇ ਕਹਿੰਦੇ ਨਹੀਂ ਨਹੀਂ ਡਰ ਆਉਂਦਾ ਕਹਿੰਦੇ ਸੁਣੇ ਉਹਦਾ ਤਤ ਭਾਵ ਸਮਝੇ ਨਹੀਂ ਮਾਰਾ ਕਹਿੰਦੇ ਇਸ ਤਰ੍ਹਾਂ ਕਥਾ ਸੁਣਿਓਗੇ ਤੁਹਾਡਾ ਬੜਾ ਭਲਾ ਹੋਵੇਗਾ ਹਾਂਜੀ ਸ੍ਰੀ ਮੁਖਤੇ ਸੁਣ ਸਭ ਹਰ ਖਾਏ ਧੰਨ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਮੁਖੋਂ ਸੁਣ ਕੇ ਸਾਧਾਰੀਆਂ ਸੰਗਤਾਂ ਬਹੁਤ ਖੁਸ਼ ਹੋਈਆਂ ਜੀ ਧਾਰਨ ਕੀਨੇ ਗੁਣ ਸਮਦਾਏ ਉਹਨਾਂ ਨੇ ਫਿਰ ਉਹ ਗੁਣ ਵੀ ਧਾਰਨ ਕੀਤੇ ਦੀ ਸਾਰੇ ਜੀ ਸੋਚ ਰੱਖਿਆ ਕਰੋ ਨਿਮਰਤਾ ਚ ਰਹਿਣਾ ਸੁਣੌਣ ਵਾਲੇ ਤੇ ਸ਼ਰਧਾ ਰੱਖਣੀ ਪ੍ਰੇਮ ਨਾ ਕਥਾ ਸੁਣਨੀ ਹੋਮੇ ਨਾਲ ਨਹੀਂ ਸੁਣਨੀ ਪਖੰਡ ਨਹੀਂ ਕਰਨੇ ਤੇ ਸਾਧ ਸੰਗਤ ਦੀ ਹਾਰੀ ਗੱਲ ਧਿਆਨ ਨਾਲ ਸੁਣਨੀ ਇਹ ਕਥਾ ਸੁਣਨ ਵਾਲਿਆਂ ਦੇ ਗੁਣ ਨੇ ਸਾਰੇ ਗੁਣ ਉਹਨਾਂ ਧਾਰਨ ਕੀਤੇ ਕ੍ਰਿਸ਼ਨ ਝੰਜੂ ਪੰਮੂ ਪੂਰੀ ਇਹ ਹੁਣ ਸਿੱਖਾਂ ਦੇ ਨਾਮ ਨੇ ਜੀ ਭਾਈ ਕ੍ਰਿਸ਼ਨ ਝੰਜੂ ਜੀ ਪੰਮੂ ਜੀ ਪੂਰੀ ਜੀ ਸ਼੍ਰੀ ਹਰ ਗੋਬਿੰਦ ਕੀਰ ਹਜ਼ੂਰੀ ਇਹ ਸਿੱਖ ਧਨ ਗੁਰੂ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਕਰ ਬੰਦਨ ਕੋ ਬਾਖ ਉਚਾਰਾ ਸਾਰਿਆਂ ਨੇ ਮੱਥਾ ਟੇਕਿਆ ਆਪਾਂ ਵੀ ਟੇਕੀਏ ਧਨ ਗੁਰੂਵਾਰ ਗੋਬਿੰਦ ਸਾਹਿਬ ਅਨੁਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਸਤੇ ਪਾਤਸ਼ਾਹ ਜੀ ਨੂੰ ਕਰਹੋ ਗਰੀਬ ਨਿਵਾਜ਼ ਉਦਾਰਾ ਤੇ ਬਚਨ ਕੀਤਾ ਇਨਾ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡਾ ਉਧਾਰ ਹੋ ਜਾਵੇ ਸਾਡਾ ਭਲਾ ਹੋ ਜਾਵੇ ਸ੍ਰੀ ਮੁਖ ਤੇ ਉਪਦੇਸ਼ ਬਖਾਨਾ ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਟੇ ਪਾਤਸ਼ਾਹ ਗਰੀਬਨਵਾਦ ਜੀ ਨੇ ਫਿਰ ਮੁਖੋਂ ਉਪਦੇਸ਼ ਦਿੱਤਾ ਕਲਮਹ ਨਾਮ ਜਹਾਜ਼ ਮਹਾਨ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਕਲ ਯੁਗ ਦਾ ਸਮਾਂ ਚੱਲ ਰਿਹਾ ਹੈ ਬੜਾ ਭਿਆਨਕ ਚੱਲ ਰਿਹਾ ਹੈ ਤੇ ਕਲਯੁਗ ਦੇ ਸਮੇਂ ਵਿੱਚ ਵਾਹਿਗੁਰੂ ਦਾ ਨਾਮ ਕੀ ਹੈ ਜਹਾਜ ਹੈ ਜਹਾਜ਼ ਦੀ ਕਿਹੜਾ ਜਹਾਜ਼ ਦੀ ਪਾਣੀ ਵਾਲਾ ਜੀ ਹਾਂਜੀ ਸਮੁੰਦਰ ਤਰਨ ਵਾਸਤੇ ਜਹਾਜ਼ ਹੁੰਦੇ ਹੀ ਨਾ ਜੀ ਹਾਂਜੀ ਸ਼ਬਦ ਪਾਠਨ ਕੀਜੈ ਅਭਿਆਸ ਸ਼ਬਦ ਨੂੰ ਪੜ੍ਹ ਕੇ ਅਭਿਆਸ ਕਰਿਆ ਕਰੋ ਗੁਰਮੰਤਰ ਦਾ ਅਭਿਆਸ ਕਰਿਆ ਕਰੋ ਚੜੋ ਜਹਾਜ ਨਾਮ ਸੁਖ ਰਾਸ ਤੈ ਨਾਮ ਜਪ ਜਪ ਕੇ ਨਾਮ ਦੇ ਜਹਾਜ ਤੇ ਚੜ ਜੋ ਸੁਖ ਬੜੇ ਮਿਲਣਗੇ ਕਹਿਣ ਲੱਗੇ ਉਹ ਕਹਿੰਦੇ ਨਾ ਮਰ ਜੋ ਗੱਲ ਸੁਣਾਉ ਜਿਹੜੇ ਨਾਲ ਸਾਡਾ ਭਲਾ ਹੋਵੇ ਮਰ ਕਹਿੰਦੇ ਨਾਮ ਜਪਿਆ ਕਰੋ ਹਾਂਜੀ ਸੁਣ ਕਰ ਦੋ ਨੋ ਬਹਰ ਉਚਾਰੇ ਸੁਣ ਕੇ ਉਹ ਦੋਵੇਂ ਸਿੱਖ ਭਾਈ ਕ੍ਰਿਸ਼ਨ ਚੰਜੂ ਜੀ ਤੇ ਭਾਈ ਪੰਮੂ ਪੂਰੀ ਦੀ ਮਹਾਰਾਜ ਨੂੰ ਕਹਿਣ ਲੱਗੇ ਇੱਕ ਸਿੱਖ ਪੜਨ ਸ਼ਰਵਨ ਕੋ ਧਾਰੇ ਹਾਂ ਖੋਟੇ ਕਰਮ ਤਿਆਗ ਕਰ ਦੇਤ ਇੱਕ ਪੜ ਕਰ ਧਾਰਨ ਕਰ ਲੇਤ ਸੱਚੇ ਪਾਤਸ਼ਾਹ ਇੱਕ ਸਿੱਖ ਉਹ ਨੇ ਜਿਹੜੇ ਸ਼ਬਦ ਪੜਦੇ ਆ ਪੜ ਕੇ ਵਿਕਾਰਾਂ ਨੂੰ ਧਾਰਨ ਕਰ ਲੈਂਦੇ ਹਨ ਆਖੋ ਵਾਹਿਗੁਰੂ ਵਾਹਿਗੁਰੂ ਹਾਂਜੀ ਉਹ ਉਹ ਵੀ ਤਾਂ ਸ਼ਬਦ ਹੀ ਹੈਗੇ ਜੀ ਗੱਲਾਂ ਹੀ ਨਹੀਂ ਉਹ ਵੀ ਹਾਂਜੀ ਪੜਦੇ ਆ ਉਹੋ ਜੀਆਂ ਗੱਲਾਂ ਮੰਨਣ ਲੱਗ ਪੈਂਦੇ ਆ ਇੱਕ ਉਹ ਹੈ ਸੱਚੇ ਪਾਤਸ਼ਾਹ ਜਿਹੜੇ ਸ਼ਬਦ ਪੜਦੇ ਆ ਪਰ ਉਹਨਾਂ ਦਾ ਮਨ ਵਿਕਾਰਾਂ ਤੋਂ ਦੂਰ ਹੋ ਜਾਂਦਾ ਹਾਂਜੀ ਕਰਹੈ ਪਰਸਪਰ ਅਧਿਕ ਵਿਰੋਧ ਤੇ ਇੱਕ ਉਹ ਹੈ ਜਿਹੜੇ ਸ਼ਬਦ ਪੜ ਕੇ ਆਪਣੀ ਸਿਆਣਪ ਵਖਾ ਕੇ ਇੱਕ ਦੂਜੇ ਨਾਲ ਲੜੀ ਜਾਂਦੇ ਇਹਦੀ ਆਖੋ ਵਾਹਿਗੁਰੂ ਮੈਂ ਵੇਖਿਆ ਜੀ ਗਿਆਨੀ ਬਾਣੀ ਦੀਆਂ ਪੰਕਤੀਆਂ ਕੱਢ ਕੱਢੀ ਦੂਜੇ ਨੂੰ ਸੁਣਾਉਂਦੇ ਜੀ ਲੜਾਈ ਕਰੀ ਜਾਂਦੇ ਸ਼ਬਦਾਂ ਨਾਲ ਹੀ ਹਾਂਜੀ ਪਾਹਨ ਰੇਖ ਨ ਤਿਆਗ ਹੈ ਕਰੋਧ ਸੱਚੇ ਪਾਤਸ਼ਾਹ ਕਹਿੰਦੇ ਪੱਥਰ ਦੀ ਰੇਖਾ ਵਾਂਗੂ ਕਰੋਧ ਨਹੀਂ ਛੱਡਦੇ ਇਹ ਗੱਲ ਤੇ ਸੱਚੀ ਹੈਗੀ ਹੈ ਸੰਗਤ ਦੀ ਕਈ ਵਾਰੀ ਜਿਹੜੇ ਬੰਦੇ ਜ਼ਿਆਦਾ ਕਮਾਈ ਕਰਦੇ ਨਾਲ ਹੀ ਉਹ ਜ਼ਿਆਦਾ ਗੁੱਸੇ ਵਾਲੇ ਹੋ ਜਾਂਦੇ ਜੀ ਪਤਾ ਕਿਉਂ ਜੀ ਉਹ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਨਾਮ ਨਹੀਂ ਜਪਦੇ ਜੀ ਆਪਣੀ ਮਰਜ਼ੀ ਨਾਲ ਨਾਮ ਜਪਦੇ ਅਭਿਆਸ ਕਰਦੇ ਜੀ ਉਹ ਇੱਕ ਗੁਰਮੁਖ ਪਿਆਰੇ ਕਹਿ ਰਹੇ ਸੀ ਉਹ ਕਹਿੰਦੇ ਸੱਜਣ ਨੇ ਤੇ ਇੱਕ ਹੀ ਸ਼ਬਦ ਸੁਣਿਆ ਤਾਂ ਉਹਦਾ ਭਲਾ ਹੋ ਗਿਆ ਅਹੀਂ ਪਤਾ ਨਹੀਂ ਕਿੰਨੇ ਕੁ ਸੁਣਦੇ ਅਸਰ ਹੀ ਨਹੀਂ ਹੁੰਦਾ ਜਿਹੜੇ ਬੰਦੇ ਗੁਰੂ ਜੀ ਦੀ ਮਤ ਲੈ ਕੇ ਨਾਮ ਨਹੀਂ ਜਪਦੇ ਆਪਣੀ ਮਰਜ਼ੀ ਨਾਲ ਜਪਦੇ ਹੈ ਉਹ ਸਗੋ ਦੂਜਿਆਂ ਨਾਲੋਂ ਜ਼ਿਆਦਾ ਕਰੋਧੀ ਹੋ ਜਾਂਦੇ ਜੀ ਦੂਜਿਆਂ ਨਾਲੋਂ ਜ਼ਿਆਦਾ ਕਰੋਧੀ ਹੋ ਜਾਂਦੇ ਪੱਥਰ ਤੇ ਜਿਵੇਂ ਲੀਖ ਹੁੰਦੀ ਆ ਨਾ ਓਵੇਂ ਜਿਵੇਂ ਪੱਥਰ ਚ ਲੀਖ ਪੈ ਗਈ ਉਹ ਮਿਟਦੀ ਨਹੀਂ ਜੀ ਓਵੇਂ ਉਹਨਾਂ ਦਾ ਗੁੱਸਾ ਹੁੰਦਾ ਜੀ ਹਾਂਜੀ ਔਰ ਹੰਕਾਰ ਤਰੈ ਹਮ ਬੜੇ ਉਹ ਸਗੋਂ ਉਹੀ ਸ਼ਬਦ ਪੜ੍ਹ ਕੇ ਹੀ ਹੰਕਾਰ ਕਰੀ ਜਾਂਦੇ ਵੀ ਮੈਂ ਵੱਡਾ ਹੈਗਾ ਮੈਂ ਵੱਡਾ ਹੈਗਾ ਹਾਂ ਕਾਮ ਲੋਭ ਕਰਦਮ ਮਨ ਗੱਡੇ ਤੇ ਕਾਮ ਤੇ ਕ੍ਰੋਧ ਦੇ ਚਿੱਕੜ ਚ ਉਹਨਾਂ ਦਾ ਮਨ ਗੱਡਿਆ ਪਿਆ ਜੀ ਸੰਗਤ ਜੀ ਉਹਨਾਂ ਦੀ ਗੱਲ ਨਾ ਕਰੀਏ ਆਪਣੇ ਆਪ ਦੇਖੀਏ ਦੀ ਸਾਰੇ ਜੀ ਹਾਂਜੀ ਲਗਭਗ ਇਹੋ ਜਿਹਾ ਲਗਾ ਜੀ ਹਾਂਜੀ ਤਿੰਨ ਕੋ ਪਦ ਪ੍ਰਾਪਤ ਹੋਏ ਕੈਸੇ ਹੁਣ ਉਹਨਾਂ ਦਾ ਭਲਾ ਕਿਵੇਂ ਹੋਵੇ ਮਹਾਰਾਜ ਹਾਂਜੀ ਕਰੁਣਾ ਕਰ ਹੋ ਸੁਨਾ ਬਹੁ ਤੈਸੀ ਸੱਚੇ ਪਾਸ਼ਾ ਸਾਨੂੰ ਦੱਸੋ ਸ਼ਬਦ ਪੜਦੇ ਆ ਪਰ ਆਪਣੀ ਮਰਜ਼ੀ ਨਾਲ ਪੜਦੇ ਆ ਤੇ ਗੁੱਸਾ ਬੜਾ ਹੋ ਜਾਂਦਾ ਉਹਨਾਂ ਤੇ ਧਾਰਮਿਕ ਬੰਦੇ ਬੜੇ ਗੁੱਸੇ ਵਾਲੇ ਹੁੰਦੇ ਜੀ ਕਈ ਬੰਦੇ ਸੰਸਾਰੀ ਨਹੀਂ ਸਕੋ ਇਹਨੇ ਗੁੱਸੇ ਵਾਲੇ ਹੁੰਦੇ ਜਿੰਨੇ ਧਾਰਮਿਕ ਹੁੰਦੇ ਨੇ ਜੀ ਹਾਂਜੀ ਸੁਣ ਸ੍ਰੀ ਮੁਖ ਤੇ ਬਾਖ ਉਚਾਰਾ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਕੀਤਾ ਕਰੇ ਸ਼ਬਦ ਸਭ ਹੁਣ ਉਧਾਰਾ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਬਾਣੀ ਦੇ ਸ਼ਬਦਾਂ ਨੇ ਤਾਂ ਸਾਰਿਆਂ ਦਾ ਉਧਾਰ ਹੀ ਕਰਨਾ ਕਹਿਣ ਲੱਗੇ ਇਹ ਤਾਂ ਗੱਲ ਪੱਕੀ ਹੈ ਹਾਂਜੀ ਸਮੇ ਪਾਏ ਕਰਦੇ ਕਲਿਆਣੇ ਪੜਬੋ ਸੁਨਬੋ ਸ਼ਬਦ ਜੋ ਠਾਨੇ ਸਮਾ ਮਹਾਰਾਜ ਕਹਿੰਦੇ ਸ਼ਬਦ ਪੜਦਾ ਬਾਣੀ ਪੜਦਾ ਬਾਣੀ ਪੜਨੀ ਨਹੀਂ ਛੱਡਦਾ ਕੋਈ ਨਹੀਂ ਵਕਾਰ ਵੱਧ ਜਾਂਦੇ ਹੈ ਕਈ ਵਾਰੀ ਵੱਧ ਜਾਂਦੇ ਹੈ ਪਰ ਸਮਾ ਪਾ ਕੇ ਕਲਿਆਣ ਜ਼ਰੂਰ ਹੋਏਗਾ ਕਹਿੰਦੇ ਭਲਾ ਜ਼ਰੂਰ ਹੋਏਗਾ ਮਹਾਰਾਜ ਕਹਿੰਦੇ ਹਾਂ ਇੱਕ ਨਰ ਗਿਆਨਬਧ ਜੇ ਹੋਏ ਤਿੰਨ ਕੀ ਸ਼੍ਰੇ ਕਰਹ ਨਹ ਕੋਏ ਸੁਨੇ ਸ਼ਬਦ ਜੇ ਨਰ ਅਗਿਆਨੀ ਤਿੰਨ ਕੇ ਕਲਮਲ ਹੋਵਨ ਹਾਨੀ ਜਗਿਆਸਾ ਕੋ ਪਾਏ ਅਗਾਰੇ ਅਭਿਆਸੇ ਨਹ ਗਿਆਨ ਸੁਖਾਰੇ ਆਖੋ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਮਾਰਾ ਕਹਿੰਦੇ ਇੱਕ ਉਹ ਬੰਦੇ ਆ ਜਿਹੜੇ ਬਿਲਕੁਲ ਨਹੀਂ ਪੜਦੇ ਇੱਕ ਉਹ ਹੈ ਜਿਹੜੇ ਪੜ ਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਇੱਕ ਵੀ ਚਲਾ ਮੇਲ ਵੀ ਆ ਗਈ ਪੜਦੇ ਉਹਨਾਂ ਤੇ ਅਸਰ ਕੋਈ ਨਹੀਂ ਹੁੰਦਾ ਜੀ ਪਰ ਲੱਗੇ ਤਾਂਗੇ ਨਾ ਲੱਗੇ ਤਾਂਗੇ ਨਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੁੰਦਾ ਕੀ ਹੈ ਪੜਦਿਆਂ ਪੜਦਿਆਂ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਉਹਨਾਂ ਦੇ ਪਾਪ ਘਟਦੇ ਜਾਂਦੇ ਆ ਜੀ ਜਦੋਂ ਉਹਨਾਂ ਦੇ ਪਾਪ ਘਟਦੇ ਗਏ ਨਾ ਜੀ ਫਿਰ ਸੈਜੇ ਸੈਜੇ ਅੱਗੇ ਜਾ ਕੇ ਜਿਗਿਆਸੂ ਦੀ ਅਵਸਥਾ ਨੂੰ ਪ੍ਰਾਪਤ ਹੁੰਦੇ ਆ ਜੀ ਜਿਗਿਆਸੂ ਕੀ ਹੁੰਦਾ ਜਿਹੜਾ ਕੁਝ ਜਾਣਨਾ ਚਾਹੁੰਦਾ ਰੱਬ ਦੇ ਰਾਹ ਤੇ ਤੁਰਨਾ ਚਾਹੁੰਦਾ ਤੇ ਅਭਿਆਸੇ ਲਹਿ ਗਿਆਨ ਸੁਖਾਰੇ ਮਾਰਾ ਕਹਿੰਦੇ ਫਿਰ ਸੈਜੇ ਸੈਜੇ ਉਹਨਾਂ ਨੂੰ ਵੀ ਅੰਦਰ ਦਾ ਗਿਆਨ ਹੋ ਜਾਂਦਾ ਬਾਣੀ ਪੜੇ ਜਿਵੇਂ ਵੀ ਪੜੇ ਇੱਕ ਨਾ ਇੱਕ ਦਿਨ ਭਲਾ ਹੋਏਗਾ ਹੀ ਹੋਏਗਾ ਹੰਦੀ ਭਗਤਨ ਕੀ ਦੇਡ ਭਗਤੀ ਹੋਏ ਗਿਆਨੀ ਗਿਆਨ ਸੋ ਗੱਡੋ ਜੋਏ ਰਮਾਲਰ ਕਹਿਣ ਲੱਗੇ ਵੇਖੋ ਭਗਤ ਬੰਦੇ ਜਿਹੜੇ ਉਹ ਭਗਤੀ ਕਰਨ ਭਗਤੀ ਬਾਣੀ ਪੜੀ ਜਾਣ ਪੜੀ ਜਾਣ ਪੜੀ ਜਾਣ ਅਰਥ ਮੀਨਾ ਵਿਚਾਰਨ ਇਹ ਉਹਨਾਂ ਦੀ ਭਗਤੀ ਬਣ ਗਈ ਕਹਿਣ ਲੱਗੇ ਗਿਆਨੀ ਬਾਣੀ ਪੜਨ ਅਰਥ ਵਿਚਾਰਨ ਔਰ ਇਹਨਾਂ ਗਿਆਨ ਵੱਧ ਜਾਏਗਾ ਜੀ ਭਗਤੀ ਕਰਨ ਵਾਲਿਆਂ ਦੇ ਭਗਤੀ ਚ ਬਾਣੀ ਨਾਲ ਵਾਧਾ ਹੋ ਜਾਂਦਾ ਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਗਿਆਨ ਚ ਬਾਣੀ ਨਾਲ ਵਾਧਾ ਹੋ ਜਾਂਦਾ ਜੀ ਬਾਣੀ ਨਾਲ ਵਾਧਾ ਹੀ ਹੋਣਾ ਜੀ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਸੋ ਸੱਚੇ ਪਾਤਸ਼ਾਹ ਕੀ ਕਿਰਪਾ ਕਰਨ ਅਗੋਂ ਪ੍ਰਸੰਗ ਆਪਾਂ ਹੌਲੀ ਹੌਲੀ ਸੁਣੀ ਚੱਲਾਂਗੇ ਕੱਲ ਨੂੰ ਸੁਣਾਂਗੇ ਦੋ ਚਾਰ ਮਿੰਟ ਰਹਿ ਗਏ ਆ ਨਾਮ ਜਪੀਏ ਸਾਰੇ ਐ ਸਬਦਾਂ ਨੂੰ ਜੋਰਨੀ ਲਾਉਣਾ ਪ੍ਰੇਮ ਨਾਲ ਜਪਣਾ ਜੀ ਤੇ ਜਪਣਾ ਕਿਵੇਂ ਜੀ ਮੂੰਹ ਤੋਂ ਜਪਣਾ ਕੰਨਾਂ ਤੋਂ ਸੁਣਨਾ ਜੀ ਕੋਸ਼ਿਸ਼ ਕਰਨੀ ਹੈ ਆਪਣੀ ਆਵਾਜ਼ ਸਾਨੂੰ ਸੁਣੇ ਜੀ ਸਾਰਿਆਂ ਨੂੰ ਜੀ ਹਾਂਜੀ ਮਾਰਾ ਕਹਿੰਦੇ ਨਾਮ ਦੇ ਜਾ ਜਿੱਤੇ ਚੜਜੋ ਸੋਖੀ ਸੁੱਖ ਨੇ ਜੀ ਧਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰੋ ਪਹਿਲਾਂ ਨਮਸਕਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਪ੍ਰੇਮ ਨਾਲ ਕਹੋ ਜੀ ਵਾਹਿਗੁਰੂ 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 ਨਵਾਹਿਗੁਰੂ ਵਾਹਿਗੁਰੂ 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 Vaheguru guru wah 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 guru 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 ਵਾਹਿਗੁਰੂ 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 ਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਗੁਰਸਿੱਖ ਆਏ ਮਾਰ ਕੇਨ ਲਗੇ ਨਾਮ ਦੇ ਜਹਾਜ਼ ਤੇ ਚੜੋ ਸੋਖ ਹੀ ਮਿਲੇਗਾ ਤੁਹਾਨੂੰ ਹਾਂਜੀ ਇਸ ਕੰਮ ਚ ਸਦਾ ਹੀ ਸੁੱਖ ਹੈ ਸੰਗਤ ਜੀ ਸਦਾ ਹੀ ਸੁੱਖ ਹੈ ਸੱਤੇ ਬਾਛੇ ਦੀ ਕਿਰਪਾ ਕਰਨ ਅਗੋਂ ਫਿਰ ਮਹਾਰਾਜ ਗੁਰ ਸਿੱਖਾਂ ਨੂੰ ਕੀ ਕਹਰੇ ਉਹ ਆਪਾਂ ਕੱਲ ਨੂੰ ਸੁਣਾਵਾਂਗੇ ਜੀ ਹਾਂਜੀ ਸਿੱਖ ਕਹਿੰਦੇ ਮਹਾਰਾਜ ਕਈ ਤੇ ਬਾਣੀ ਪੜ ਕੇ ਗਰੋਧੀ ਹੋ ਜਾਂਦੇ ਆ ਹੁੰਦੇ ਆ ਜਿਨ੍ਹਾਂ ਤੇ ਮੇਰ ਨਹੀਂ ਹੁੰਦੀ ਜੀ ਪਰ ਚੇਤਾ ਰੱਖੋ ਲੱਗਿਆਂ ਲੱਗਿਆਂ ਮੇਰ ਹੋ ਜਾਂਦੀ ਹੈ ਜੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਤਾਂ ਵੀ ਬਾਣੀ ਪੜ ਪੜੀ ਜਾਣਗੇ ਪੜੀ ਜਾਣਗੇ ਇੱਕ ਨਾ ਇੱਕ ਦਿਨ ਭਲਾ ਹੋ ਜਾਏਗਾ ਜੀ ਸਤ ਗੁਰੂ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਖਾ